ਮੁੱਦੇ ਦੀ ਗੱਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਰਿੰਦਰ ਡੱਲਾ ਔਰ ਅਸੀਂ ਇੱਕ ਬੜੇ ਅਹਿਮ ਮੁੱਦੇ 'ਤੇ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਵਿਸ਼ੇਸ਼ ਸੀਰੀਜ਼ ਅਸੀਂ ਚਲਾ ਰਹੇ ਹਾਂ 84 ਕਤਲੇਆਮ ਪੀੜਤ ਬੀਬੀਆਂ ਦੇ ਉੱਪਰ। ਉਹ ਬੀਬੀਆਂ ਜਿਨ੍ਹਾਂ ਦੇ ਪਰਿਵਾਰ ਵਾਲੇ ਇਸ ਦੁਨੀਆਂ ਦੇ ਵਿੱਚ ਨਹੀਂ, ਉਹਨਾਂ ਦੇ ਪਤੀ ਵੀ ਨਹੀਂ ਹੈ, ਬਹੁਤੀਆਂ ਦੇ ਬੱਚੇ ਵੀ ਨਹੀਂ ਨੇ, ਔਰ ਜ਼ਿਆਦਾਤਰ ਬੀਬੀਆਂ ਇਕੱਲਾ ਆਪਣੀ ਜ਼ਿੰਦਗੀ ਹੁਣ ਗੁਜ਼ਾਰ ਰਹੇ ਨੇ, ਔਰ ਕਿਸ ਤਰੀਕੇ ਦੀਆਂ ਦਿੱਕਤਾਂ ਨੇ। 33 ਸਾਲ ਲੰਮਾ ਸਮਾਂ ਉਹਨਾਂ ਨੇ ਲੜਾਈ ਲੜੀ ਔਰ ਹੁਣ ਬਹੁਤ ਸਾਰੀਆਂ ਬੀਬੀਆਂ ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਨਹੀਂ, ਅਸੀਂ ਲਗਾਤਾਰ 2-3 ਦਿਨ ਤੋਂ ਲਗਾਤਾਰ ਉਹਨਾਂ ਦੀ ਪੂਰੀ ਇੰਟਰਵਿਊ ਵੀ ਦਿਖਾਈ, ਮੈਂ ਖੁਦ ਉਹਨਾਂ ਦੇ ਨਾਲ ਇੰਟਰਵਿਊ ਕੀਤਾ। ਉਹਨਾਂ ਦੀ ਅਸਲ ਜਿਹੜੀ ਦਿਲ ਦੀ ਗੱਲ ਹੈ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਹੂ ਉਹਨਾਂ ਦਾ ਦਰਦ ਹੈ ਜਿਹੜਾ ਸਾਨੂੰ ਮਹਿਸੂਸ ਹੋ ਸਕੇ। ਉਹ ਸਾਰੀਆਂ ਬੀਬੀਆਂ, ਸੁਰਜੀਤ ਕੌਰ ਨੇ ਉਹਨਾਂ 'ਚ, ਚਰਨਜੀਤ ਕੌਰ ਨੇ, ਗੁਰਦਿਆਲ ਕੌਰ ਨੇ, ਨਰਿੰਦਰ ਕੌਰ ਨੇ, ਗਰੀਬ ਕੌਰ ਨੇ। ਗਰੀਬ ਕੌਰ ਉਹ ਬੀਬੀ ਆ ਜਿਹਦੇ ਦੰਦ ਲੱਗਣੇ ਨੇ, ਕਿਉਂਕਿ ਇੱਕ ਕਾਲਰ ਮੇਰੇ ਨਾਲ ਰੇਡੀਓ 'ਤੇ ਆਏ ਸੀ, ਉਹ ਪੁੱਛ ਰਹੇ ਸੀ ਉਚੇਚੇ ਤੌਰ 'ਤੇ ਉਸ ਵਕਤ ਕਿ ਉਸ ਬੀਬੀ ਦਾ ਮੈਨੂੰ ਨਾਮ ਦੱਸੋ ਜਿਨ੍ਹਾਂ ਦੇ ਦੰਦ ਲੱਗਣ ਵਾਲੇ ਨੇ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਦੰਦਾਂ ਦੀ ਲਵਾਉਣ ਦੀ ਜਿਹੜੀ ਸੇਵਾ ਹੈ ਉਹ ਮੈਂ ਚੱਕਣੀ ਚਾਹੁੰਦਾ। ਸੋ ਮੈਨੂੰ ਉਹਦਾ ਨਾਮ ਨਹੀਂ ਸੀ ਪਤਾ। ਸੋ ਬੀਬੀ ਗਰੀਬ ਕੌਰ ਹੈ ਜਿਹਦੇ ਦੰਦ ਲੱਗਣੇ ਨੇ। ਹਰਬੰਸ ਕੌਰ ਨੇ, ਗੁਰਦੇਵ ਕੌਰ ਨੇ, ਰਣਜੀਤ ਕੌਰ ਨੇ, ਗੁਰਮੇਲ ਕੌਰ ਨੇ, ਭੁਪਿੰਦਰ ਕੌਰ ਨੇ, ਬਲਬੀਰ ਕੌਰ ਨੇ, ਹਰਬੰਸ ਕੌਰ ਨੇ, ਇਹ ਪੂਰੇ ਦਾ ਪੂਰੇ ਜਿਹੜੇ ਇਹ ਬੀਬੀਆਂ ਦੇ ਦਰਦ ਨੇ, ਇਹ ਯੂਟਿਊਬ ਦੇ ਉੱਪਰ ਸਾਡੇ ਚੈਨਲ ਦੇ ਉੱਪਰ ਵੀ ਤੁਸੀਂ ਇਹ ਸ਼ੋਅ ਦੇਖ ਸਕਦੇ ਹੋ, ਪੇਨ ਆਫ 84 ਰਾਈਟ ਵਿਕਟਮਸ ਵਿਡੋਜ਼। ਸੋ ਇਸ ਨਾਮ ਦੇ ਜ਼ਰੀਏ ਅਗਰ ਤੁਸੀਂ ਯੂਟਿਊਬ 'ਤੇ ਸਰਚ ਕਰੋ ਤਾਂ ਤੁਹਾਨੂੰ ਯੂਟਿਊਬ ਦੇ ਉੱਪਰ ਵੀ ਇਹ ਜਿਹੜਾ ਸਪੈਸ਼ਲ ਸੀਰੀਜ਼ ਹੈ ਤੁਹਾਨੂੰ ਅਵੇਲੇਬਲ ਹੋ ਜਾਏਗੀ ਔਰ ਤੁਸੀਂ ਹੋਰ ਮੁੜ ਕੇ ਅਗਰ ਦੇਖਣਾ ਚਾਹੋ। ਸੋ ਇਹਨਾਂ ਸਾਰਿਆਂ ਦੇ ਟੈਲੀਫੋਨ ਨੰਬਰ ਵੀ ਹੈ ਜਿਹੜੇ ਅਸੀਂ ਜ਼ਰੂਰ ਸਾਰੇ ਸਾਰਵਜਨਿਕ ਕਰਾਂਗੇ। ਅਸੀਂ ਇਸ ਮਾਮਲੇ ਦੇ ਵਿੱਚ ਇੱਕ ਕਮੇਟੀ ਬਣਾ ਰਹੇ ਹਾਂ ਔਰ ਜਿਵੇਂ ਯੁੱਧਵੀਰ ਜਸਵਾਲ ਹੁਣਾਂ ਨੇ ਵੀ ਕੱਲ੍ਹ ਰੇਡੀਓ 'ਤੇ ਵੀ ਬੋਲਿਆ ਅਤੇ ਟੈਲੀਵਿਜ਼ਨ 'ਤੇ ਵੀ ਯੁੱਧਵੀਰ ਜਸਵਾਲ ਹੁਣੀ ਕਹਿ ਰਹੇ ਸੀ। ਸੋ ਅਗਲੀ ਕਾਰਵਾਈ ਤਾਂ ਯੁੱਧਵੀਰ ਜਸਵਾਲ ਹੁਣੀ ਦੇਖਣਗੇ ਤੁਹਾਡੇ ਸ਼ਹਿਰ ਟੋਰਾਂਟੋ ਤੋਂ। ਅਮੈਰੀਕਾ ਔਰ ਨਿਊਜ਼ੀਲੈਂਡ ਔਰ ਦੂਸਰੇ ਮੁਲਕਾਂ ਤੋਂ ਜਿਹੜੇ ਲੋਕ ਬੈਠੇ ਨੇ ਉਹ ਵੀ ਯੁੱਧਵੀਰ ਜਸਵਾਲ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਨੇ, ਟੋਰਾਂਟੋ ਦੇ ਵਿੱਚ ਉਸ ਕਮੇਟੀ ਦਾ ਹਿੱਸਾ ਵੀ ਬਣ ਸਕਦੇ ਨੇ ਜਿਹੜੀ ਬਣਨੀ ਹੈ ਬਹੁਤ ਛੇਤੀ ਸਿੱਧੀ ਮਦਦ ਦੇ ਲਈ। ਸੋ ਬੀਬੀ ਗੁਰਦੀਪ ਕੌਰ ਅੱਜ ਸਾਡੇ ਨਾਲ ਨੇ ਜਿਹੜੇ ਕਿ ਪ੍ਰਧਾਨ ਨੇ 1984 ਕਤਲਿਆਂ ਪੀੜਤ ਵੈਲਫੇਅਰ ਸੁਸਾਇਟੀ ਪੰਜਾਬ ਦੇ ਬੀਬੀਆਂ ਦੇ ਪਾਸੇ ਤੋਂ ਪ੍ਰਧਾਨ ਨੇ। ਸੋ ਗੁਰਦੀਪ ਜੀ, ਤੁਸੀਂ ਬੀਬੀ ਜੀ ਇਹਨਾਂ ਦੇ ਸਾਰੀਆਂ ਬੀਬੀਆਂ ਦੇ ਤੁਸੀਂ ਦੁਖੜੇ ਵੀ ਦੇਖੇ ਆ, ਜਿਸ ਦਿਨ ਮੈਂ ਇੰਟਰਵਿਊ ਕੀਤੀ ਤੁਸੀਂ ਮੌਜੂਦ ਸੀ। ਸੋ ਕਿਵੇਂ ਵੇਖਦੇ ਹੋ ਇਸ ਵਕਤ ਮੁੱਖ ਲੋੜਾਂ ਇਹਨਾਂ ਬੀਬੀਆਂ ਦੀਆਂ ਕੀ ਨੇ? ਦੇਖੋ, ਇਹਨਾਂ ਬੀਬੀਆਂ ਨੇ ਜੋ ਤੁਹਾਨੂੰ ਦੱਸਿਆ ਉਹ ਤਾਂ ਸ਼ਾਇਦ ਬਹੁਤ ਹੀ ਥੋੜ੍ਹਾ ਸੀਗਾ। ਇਹਨਾਂ ਦੀ ਮਜਬੂਰੀ ਇਹ ਹੈਗੀ ਆ ਵੀ ਕਿਸੇ ਟਾਈਮ ਇਹਨਾਂ ਦੇ ਕੋਲ 1 ਰੁਪਈਆ ਦਵਾਈ ਵਾਸਤੇ ਵੀ ਨਹੀਂ ਹੁੰਦਾ। ਅਤੇ ਦੇਖੋ, ਕਿਸੇ ਦੇ ਕੋਲੋਂ ਵੀ ਜਾ ਕੇ ਹਰ ਵੇਲੇ ਮੰਗਣਾ ਵੀ ਮੈਨੂੰ ਦਵਾਈ ਚਾਹੀਦੀ ਆ ਜਾਂ ਮੈਨੂੰ ਕੁਛ ਹੋਰ ਚਾਹੀਦਾ ਹੈ, ਬਹੁਤ ਔਖਾ ਹੁੰਦਾ। ਕਹਿੰਦਾ ਮੰਗਣ ਗਿਆ ਸੋ ਮਰ ਗਿਆ। ਸੋ ਇਹ ਵਿਚਾਰੀਆਂ ਤਾਂ ਪਹਿਲੇ ਹੀ ਮਰੀਆਂ ਪਈਆਂ ਨੇ, ਇਹਨਾਂ ਵਿਚਾਰੀਆਂ 'ਤੇ ਰੋਜ਼ ਹੀ ਮਰਨਾ ਹੁੰਦਾ ਇਹਨਾਂ ਦਾ। ਪਰ ਅੱਜ ਦਿਨ ਤੱਕ ਜਿਹੜੀਆਂ ਵੀ ਸਮੇਂ ਸਮੇਂ ਦੀਆਂ ਸਰਕਾਰਾਂ ਆਈਆਂ ਉਹਨਾਂ ਨੇ ਇਹਨਾਂ ਬਾਰੇ ਕਦੀ ਨਾ ਸੋਚਿਆ, ਨਾ ਇਹਨਾਂ ਦੀ ਕਦੀ ਕੋਈ ਤਕਲੀਫ ਜਾਣਨ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਦੀਆਂ ਇੱਥੇ ਸੈਂਕੜੇ ਬੀਬੀਆਂ ਹੈਗੀਆਂ, ਵਿਧਵਾਵਾਂ ਹੈਗੀਆਂ, ਜਿਨ੍ਹਾਂ ਵਿਚਾਰੀਆਂ ਦਾ ਗੁਜ਼ਾਰਾ ਅੱਜ ਵੀ ਗੁਰਦੁਆਰਿਆਂ ਵੀ ਰੋਟੀ ਖਾ ਕੇ ਚੱਲਦਾ ਹੈ, ਜਾਂ ਕੋਈ ਸੰਸਥਾ ਇਹੋ ਜਿਹੀਆਂ ਬਣੀਆਂ ਹੋਈਆਂ ਜਿੱਥੇ ਜਾ ਕੇ ਇਹਨਾਂ ਨੂੰ ਰਾਸ਼ਨ ਮਿਲ ਜਾਂਦਾ, 1,000-2,000 ਰੁਪਏ ਦਾ ਮਹੀਨੇ ਦਾ ਰਾਸ਼ਨ ਮਿਲ ਜਾਂਦਾ ਹੈਗਾ। ਕਈ ਬੀਬੀਆਂ ਇਸ ਤਰ੍ਹਾਂ ਵੀ ਆਪਣਾ ਗੁਜ਼ਾਰਾ ਕਰਦੀਆਂ। ਅੱਛਾ, ਇਹ ਕਿੰਨੀਆਂ ਕੁ ਬੀਬੀਆਂ ਹੋਣਗੀਆਂ ਜੇ ਅਸੀਂ ਕੁੱਲ ਬੀਬੀਆਂ ਦੀ ਗੱਲ ਕਰੀਏ ਜਿਹੜੀਆਂ ਵਿਡੋ ਉਸ ਵਕਤ ਹੋ ਗਈਆਂ? ਇਹ ਘੱਟ ਤੋਂ ਘੱਟ ਵੀ ਜੀ ਮੇਰੇ ਖਿਆਲ ਵਿੱਚ 2,500 ਬੀਬੀ ਤੋਂ ਉੱਪਰ ਹੋਣੀਆਂ। 2,500 ਤੋਂ ਜ਼ਿਆਦਾ ਬੀਬੀਆਂ? ਹਾਂਜੀ, ਜਿਹੜੀਆਂ ਕੱਲੀਆਂ ਲੁਧਿਆਣੇ ਵਿੱਚ ਹੈਗੀਆਂ, ਜਿਹੜੀਆਂ ਲੁਧਿਆਣੇ। ਹਾਂਜੀ, ਔਰ ਬਾਕੀ ਜਿਹੜੇ ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹਿਆਂ ਵਿੱਚ ਹੈਗੀਆਂ ਉਹ ਅਲੱਗ ਹੈਗੀਆਂ। ਅੱਛਾ, ਲੁਧਿਆਣੇ 'ਚ 2,500 ਬੀਬੀਆਂ ਨੇ ਜਿਹੜੀਆਂ ਵਿਡੋ ਹੋਣ? ਵਿਡੋ ਹੋਣਗੀਆਂ ਜੀ, ਬਿਲਕੁਲ। ਅਤੇ ਇਹਨਾਂ ਸਾਰਿਆਂ ਦੀ ਹਾਲਤ ਕਿਵੇਂ ਤੁਸੀਂ ਬਿਆਨ ਕਰੋਗੇ? ਇਹਨਾਂ ਸਾਰਿਆਂ ਦੀ ਹਾਲਤ ਜਿਹੜੀ ਹੈਗੀ ਆ ਜੀ ਬਹੁਤ ਨਾਜ਼ੁਕ ਹੈਗੀ ਆ, ਬੜੀ ਇਹਨਾਂ ਦੀ ਦਰਦ ਵਾਲੀ ਜਿਹੜੀ ਹੈਗੀ ਆ ਕਹਾਣੀ ਹੈਗੀ ਆ। ਅਤੇ ਮਤਲਬ ਕਈਆਂ ਦੇ ਜਿਵੇਂ ਹੁਣ ਮੰਨ ਲਓ ਅਗਰ ਕਿਸੇ ਦਾ ਕੋਈ ਬੱਚਾ ਹੈਗਾ ਵੀ ਤਾਂ ਉਹ ਬੱਚਾ ਆਪਣੀ ਮਾਂ ਦੀ ਸੇਵਾ ਨਹੀਂ ਕਰ ਸਕਦਾ, ਕਿਉਂ ਉਹਦੇ ਆਪਣੇ ਛੋਟੇ ਛੋਟੇ ਬੱਚੇ ਨੇ, ਉਹਦੇ ਕੋਲ ਕੋਈ ਕਾਰੋਬਾਰ ਹੈਗਾ ਨਹੀਂ, ਕੋਈ ਆਟੋ ਚਲਾਉਂਦਾ, ਕੋਈ ਰਿਕਸ਼ਾ ਚਲਾਉਂਦਾ, ਕੋਈ ਫੜੀ ਲਗਾਉਂਦਾ, ਉਹ ਇੰਨਾ ਕਰਕੇ ਆਪਣੀ ਮਾਂ ਦੀ ਜ਼ਰੂਰਤ ਜਿਹੜੀ ਪੂਰੀ ਕਰਨੀ ਉਹਨਾਂ ਲੋਕਾਂ ਵਾਸਤੇ ਬਹੁਤ ਮੁਸ਼ਕਲ ਹੈਗੀ ਆ। ਸੋ ਇਹ ਜਿਹੜੀਆਂ ਹੈਗੀਆਂ ਫਿਰ ਇਹਨਾਂ ਦਾ ਸਹਾਰਾ ਇਹੀਓ ਰਹਿ ਜਾਂਦਾ, ਅੱਜ ਕਿਸੇ ਕੋਲ ਚਲੀਆਂ ਗਈਆਂ, ਕੱਲ੍ਹ ਕਿਸੇ ਕੋਲ ਚਲੀਆਂ ਗਈਆਂ, ਪਰ ਉਹ ਵੀ ਇਹਨਾਂ ਵਾਸਤੇ ਬਹੁਤ ਔਖਾ ਹੈਗਾ, ਇਹਨਾਂ ਵਾਸਤੇ ਮਰਨ ਦੀ ਗੱਲ ਹੈਗੀ ਆ। ਪਰ ਉਸ ਤੋਂ ਉੱਪਰ ਵੀ ਇਹਨਾਂ ਦੀ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਹੈਗੀ ਆ ਉਹ ਇਹੀਓ ਕਹਿੰਦੀ ਹਾਂ ਵੀ ਸਾਡੇ ਜਿਹੜੇ ਕਾਤਲ ਹੈਗੇ ਆ ਉਹਨਾਂ ਨੂੰ ਸਜ਼ਾਵਾਂ ਮਿਲਣ, ਪਰ ਸਰਕਾਰ ਉਸ ਪਾਸੇ ਵੀ ਧਿਆਨ ਨਹੀਂ ਦਿੰਦੀ। ਕੁਛ ਇਹਨਾਂ ਦੇ ਮਕਾਨ ਜਿਹੜੇ, ਇਹਨਾਂ ਕੋਲ ਪਹਿਲੇ ਮਕਾਨ ਵੀ ਨਹੀਂ ਸਨ,
ਇੱਕ ਇੱਕ ਕਮਰੇ ਦੇ ਵਿੱਚ ਦੋ ਦੋ ਤਿੰਨ ਤਿੰਨ ਪਰਿਵਾਰ ਰਹਿੰਦੇ ਨਹੀਂ, ਇਸ ਤਰ੍ਹਾਂ ਰਹਿ ਰਹੇ ਨੇ ਇੱਕ ਇੱਕ ਕਮਰੇ 'ਚ ਦੋ ਦੋ ਤਿੰਨ ਤਿੰਨ ਪਰਿਵਾਰ ਅੱਜ ਵੀ ਰਹਿ ਰਹੇ ਨੇ। ਤੁਸੀਂ LIG ਮਕਾਨ ਦੇਖ ਲਓ, ਉਹਦੇ ਵਿੱਚ ਇੱਕ ਕਮਰਾ ਹੈਗਾ, ਇੱਕ ਰਸੋਈ ਹੈਗੀ ਆ, 22 ਗਜ਼ ਮੇਰਾ ਖਿਆਲ ਆ ਉਹਦੀ ਜਗ੍ਹਾ ਹੈਗੀ ਆ, 22-23 ਗਜ਼ ਸੁਰਜੀਤ ਜੀ ਦੱਸ ਰਹੇ ਸੀ, 22-23 ਗਜ਼ ਜਗ੍ਹਾ ਹੈਗੀ ਆ। ਉਹਦੇ ਵਿੱਚ ਦੇਖ ਲਓ ਤੁਸੀਂ ਦੋ ਦੋ ਤਿੰਨ ਤਿੰਨ ਪਰਿਵਾਰ ਰਹਿ ਰਹੇ ਹੈਗੇ, ਮਤਲਬ ਮਜਬੂਰੀ ਹੈਗੀ ਆ ਉਹਨਾਂ ਦੀ, ਇਹ ਵੱਧ ਤੋਂ ਬਦਤਰ ਜ਼ਿੰਦਗੀ ਜੀ ਰਹੇ ਨੇ। ਕੋਈ ਮੈਂ ਦੇਖਣਾ ਚਾਹਾਂ ਤਾਂ ਮੈਨੂੰ ਦੇਖਣ ਨੂੰ ਮਿਲ ਜੂਗਾ ਕਿ 22 ਗਜ਼ 'ਚ ਦੋ ਦੋ ਤਿੰਨ ਤਿੰਨ ਪਰਿਵਾਰ? ਹਾਂਜੀ, ਅਸੀਂ ਤੁਹਾਨੂੰ ਦਿਖਾਵਾਂਗੇ ਜੀ, ਸਭ ਕੁਝ ਦਿਖਾਵਾਂਗੇ। ਅਸੀਂ ਅੱਜ ਦਿਨ ਤੱਕ ਜੋ ਵੀ ਇਹਨਾਂ ਦੇ ਵਾਸਤੇ, ਇਹਨਾਂ ਦੇ ਬੱਸਣ ਵਾਸਤੇ ਜੋ ਉਪਰਾਲੇ ਕੀਤੇ ਹੈਗੇ ਨੇ, ਉਹ ਇਹੀਓ ਕੁਛ ਦੇਖ ਕੇ ਕੀਤੇ ਨੇ। ਸਾਨੂੰ ਅੱਜ ਵੀ ਯਾਦ ਆ, ਸੁਰਜੀਤ ਸਿੰਘ ਜੀ ਸੀਗੇ, ਹੋਰ ਸਾਡੇ ਪਾਰਟੀ ਦੇ ਚੇਅਰਮੈਨ ਸੀਗੇ, ਸਾਰੇ ਅਸੀਂ ਇਕੱਠੇ ਬੈਠੇ ਸਾਂ। ਸਾਡੇ ਕੋਲ ਇੱਕ ਬੀਬੀ ਆਈ ਅਤੇ ਉਹਦੀ ਇੰਨਾ ਦੁੱਖ ਸੀਗਾ, ਉਹ ਕਹਿੰਦੀ ਆ ਵੀ ਮੈਨੂੰ ਨਾ ਇੱਕ 10 ਰੁਪਈਏ ਚਾਹੀਦੇ ਆ, 10 ਰੁਪਈਏ ਚਾਹੀਦੇ ਨੇ ਵੀ ਉਹਦੇ ਘਰ ਵਾਲੇ ਨੇ ਕਿਹਾ ਵੀ ਜ਼ਹਿਰ ਪਾ ਕੇ ਚਾਵਲਾਂ ਦੇ ਵਿੱਚ ਪੂਰਾ ਪਰਿਵਾਰ ਖਾ ਲਾਂਗੇ, ਤਿੰਨ ਉਹਨਾਂ ਦੇ ਬੱਚੇ ਹੈਗੇ ਆ, ਅਤੇ ਭਈ ਅਸੀਂ ਪੂਰਾ ਪਰਿਵਾਰ ਖਾ ਲਾਂਗੇ, ਭਈ ਕੱਲ੍ਹ ਅਸੀਂ ਕਿਰਾਇਆ ਦੇਣਾ, ਕਿਰਾਇਆ ਨਹੀਂ ਦੇ ਸਕਦੇ। ਉਸ ਤੋਂ ਬਾਅਦ ਜਿਹੜਾ ਕਿ ਅਸੀਂ ਇੱਥੇ ਫੈਸਲਾ ਕੀਤਾ ਭਈ ਜਿਹੜੇ ਖਾਲੀ ਪਏ ਮਕਾਨ ਹੈਗੇ ਅਸੀਂ ਇਹਨਾਂ 'ਤੇ ਕਬਜ਼ੇ ਕਰਾਂਗੇ। ਭਾਵਾਂ ਸਾਡੇ ਦੋਨਾਂ 'ਤੇ ਪਰਚੇ ਹੋ ਗਏ, 7 ਸਾਲ ਅਸੀਂ ਕੇਸ ਲੜੇ, ਅਸੀਂ ਹਾਈ ਕੋਰਟ ਵੀ ਗਏ, ਅਸੀਂ ਸੁਪਰੀਮ ਕੋਰਟ ਦਿੱਲੀ ਤੱਕ ਵੀ ਗਏ ਇਹਨਾਂ ਮਕਾਨਾਂ ਦੇ ਕਰਕੇ, ਪਰ ਅਸੀਂ ਇਹਨਾਂ ਲੋਕਾਂ ਨੂੰ ਮੁੜ ਕੇ ਉੱਥੋਂ ਉਜੜਨ ਨਹੀਂ ਦਿੱਤਾ, ਉੱਥੋਂ ਨਿਕਲਣ ਨਹੀਂ ਦਿੱਤਾ। ਅਸੀਂ ਆਪਣੇ ਆਪ 'ਤੇ ਜਿਹੜੀ ਹੈਗੀ ਆ ਪੁਲਿਸ ਦਾ ਤਸ਼ੱਦਦ ਚੱਲਿਆ, ਸਭ ਕੁਝ ਕੀਤਾ, ਪਰ ਇਹਨਾਂ ਲੋਕਾਂ ਨੂੰ ਅਸੀਂ ਮਤਲਬ ਉਹ ਮਕਾਨ ਖਾਲੀ ਨਹੀਂ ਕਰਨ ਦਿੱਤੇ। ਹਾਈ ਕੋਰਟ ਦਾ ਸਾਰਾ ਲੈ ਕੇ ਫਿਰ ਹਾਈ ਕੋਰਟ ਨੇ ਆਰਡਰ ਕੀਤੇ, ਫਿਰ ਉਸ ਤੋਂ ਬਾਅਦ ਸਰਕਾਰ ਨੂੰ ਮਜਬੂਰ ਹੋਣਾ ਪਿਆ ਜਾ ਕੇ ਇਹਨਾਂ ਲੋਕਾਂ ਨੂੰ ਮਕਾਨ ਅਲਾਟ ਹੋਇਆ ਜੀ। ਸੋ ਤੁਸੀਂ ਹੁਣ 2500 ਬੀਬੀਆਂ ਦੀ ਗੱਲ ਕੀਤੀ, ਬਜ਼ੁਰਗ ਬੀਬੀਆਂ 2500 ਨੇ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਕੋਈ ਕਮਾਉਣ ਵਾਲਾ ਇਹ ਮੰਨ ਲਈਏ, ਤੇ ਜਿਹੜੀਆਂ ਆਹ ਬੀਬੀਆਂ ਨੇ 12-13 ਜਿਨ੍ਹਾਂ ਦੇ ਨਾਲ ਅਸੀਂ ਇੰਟਰਵਿਊ ਕਰਕੇ ਆਏ ਹਾਂ, ਅਸੀਂ ਸੀਰੀਜ਼ ਵੀ ਬਣਾਈ ਹੈ, ਇਹਨਾਂ ਦੇ ਵਿੱਚ ਜਿਵੇਂ ਸੁਰਜੀਤ ਕੌਰ, ਚਰਨਜੀਤ ਕੌਰ, ਗੁਰਦਿਆਲ ਕੌਰ, ਇਹਨਾਂ ਬੀਬੀਆਂ ਦੀਆਂ ਹੁਣ ਇਸ ਵਕਤ ਉਹਨਾਂ ਨੇ ਵੀ ਦੱਸਿਆ ਉਹਨਾਂ ਨੂੰ ਕੀ ਜ਼ਰੂਰਤਾਂ ਨੇ, ਤੁਹਾਡੀ ਨਜ਼ਰ 'ਚ ਉਹਨਾਂ ਦੀਆਂ ਹੋਰ ਕੀ ਜ਼ਰੂਰਤਾਂ ਨੇ? ਦੇਖੋ ਸਭ ਤੋਂ ਵੱਡੀ ਗੱਲ ਹੈਗੀ ਹੈ ਜੀ, ਹੁਣ ਚਲੋ ਦਵਾਈ ਵਗੈਰਾ ਦਾ ਤਾਂ ਉਹਨਾਂ ਦਾ ਲਗਾਤਾਰ ਜ਼ਰੂਰਤ ਹੈ ਹੀ ਹੈ, ਉਹ ਤਾਂ ਇੱਕ ਚੀਜ਼ ਅਲੱਗ ਰਹਿ ਗਈ। ਕਿਸ ਤਰ੍ਹਾਂ ਦੀਆਂ ਉਹਨਾਂ ਨੂੰ ਸਰੀਰਕ ਇਸ ਵਕਤ ਰੋਗ ਹੈ? ਜਿਵੇਂ ਗੁਰਦਿਆਲ ਕੌਰ ਹੈਗੀ ਆ, ਉਹਦੇ ਗੋਡੇ ਬਿਲਕੁਲ ਕੰਮ ਨਹੀਂ ਕਰਦੇ, ਉਹਦੇ ਦੰਦ ਨਹੀਂ ਹੈਗੇ ਆ, ਨਾ ਉਹ ਰੋਟੀ ਖਾਣ ਦੇ ਮਤਲਬ ਕਾਬਿਲ ਹੈਗੀ ਆ, ਨਾ ਉਹ ਤੁਰ ਸਕਦੀ ਆ, ਨਾ ਉਹ ਕੁਛ ਕਰ ਸਕਦੀ ਆ। ਕਿੰਨੀ ਉਮਰ ਹੈ ਉਹਨਾਂ ਦੀ? ਉਹਨਾਂ ਦੀ ਉਮਰ ਮੇਰਾ ਖਿਆਲ 80 ਸਾਲ ਹੋਣੀ ਆ ਜੀ। ਹਾਂਜੀ, ਇਸ ਤਰ੍ਹਾਂ ਹੀ ਕਰਕੇ ਬੀਬੀ ਗਰੀਬ ਕੌਰ ਹੈਗੀ ਆ, ਉਹ ਵੀ ਤੁਸੀਂ ਦੇਖਿਆ ਉਹਦੇ ਦੰਦ ਨਹੀਂ ਹੈਗੇ ਆ, ਉਹ ਬਹੁਤ ਮਜਬੂਰ ਹੈਗੀ ਆ। ਉਹ ਇੱਕ ਜਨਾਨੀ ਤੁਸੀਂ ਦੇਖੀ ਹੋਣੀ ਆ, ਗੁਰਮੇਲ ਕੌਰ, ਉਹਦੇ ਅੱਖਾਂ ਦਾ ਚਿੱਟਾ ਮੋਤੀਆ ਉਤਰ ਗਿਆ, ਆਪਰੇਸ਼ਨ ਵਾਸਤੇ ਉਹਦੇ ਕੋਲ ਪੈਸੇ ਨਹੀਂ ਹੈਗੇ ਆ, ਮਤਲਬ ਉਹ ਕੁਛ ਵੀ ਨਹੀਂ ਕਰ ਸਕਦੀ ਕਿ ਮੈਂ ਆਪਰੇਸ਼ਨ ਕਰਵਾਵਾਂ, ਉਹ ਕਹਿੰਦੀ ਕੋਈ ਨਹੀਂ ਰੱਬ ਦੇ ਸਾਰੇ ਬੈਠੀ ਹਾਂ, ਤੁਹਾਨੂੰ ਵੀ ਸ਼ਾਇਦ ਉਹਨੇ ਇਸ ਤਰ੍ਹਾਂ ਮੈਨੂੰ ਪਛਾਣਿਆ ਵੀ ਨਹੀਂ ਸੀ ਉਹਨਾਂ ਨੇ। ਹਾਂਜੀ, ਉਹ ਜਦੋਂ ਅਸੀਂ ਵੀ ਕਿਤੇ ਜਾ ਕੇ ਬੈਠਦੇ ਹੈਗੇ ਆ ਨਾ, ਤਾਂ ਉਹ ਕਹਿੰਦੀ ਆ ਮੈਨੂੰ ਦਿਖਾਈ ਨਹੀਂ ਦਿੱਤਾ ਕੌਣ ਹੈਗੇ, ਸਾਡੀ ਆਵਾਜ਼ ਤੋਂ ਪੂਰੀ ਤਰ੍ਹਾਂ ਉਹ ਪਹਿਚਾਣਦੀ ਹੈਗੀ ਆ। ਹੁਣ ਰਾਤ ਦੇ ਟਾਈਮ ਉਹਦਾ ਘਰੋਂ ਨਿਕਲਣਾ ਜਿਹੜਾ ਹੈਗਾ ਉਹ ਬਹੁਤ ਮੁਸ਼ਕਲ ਹੈਗਾ। ਦੇਖੋ ਉਹਦੇ ਨਾਲ ਧੱਕਾ ਕਿੰਨਾ ਹੋਇਆ ਕਿ ਉਹ 84 ਦੇ ਵਿੱਚ ਉਹਦਾ ਨਵਾਂ ਨਵਾਂ ਵਿਆਹ ਹੋਇਆ ਦਾ ਸੀਗਾ, ਔਰ ਉਸ ਟਾਈਮ ਬੱਚਾ ਇਹਦੇ ਪੇਟ ਵਿੱਚ ਸੀਗਾ, ਬੇਟੀ ਜਿਹੜੀ ਉਹ ਕਹਿੰਦੀ ਮੇਰੀ ਬੇਟੀ ਹੈਗੀ ਆ, ਵਿਆਹ ਦਿੱਤੀ। ਔਰ ਇਹ 84 ਕਤਲੇਆਮ ਤੋਂ ਮੇਰਾ ਖਿਆਲ ਆ 3-4 ਮਹੀਨੇ ਬਾਅਦ ਵਿੱਚ ਬੇਟੀ ਪੈਦਾ ਹੋਈ ਆ। ਔਰ ਇੱਕ ਔਰਤ ਨੂੰ ਕਿੰਨਾ ਮੁਸ਼ਕਲ ਹੈਗਾ ਵੀ ਉਹਨੇ ਇਕੱਲਿਆ ਸਾਰੀ ਜ਼ਿੰਦਗੀ ਕਿਵੇਂ ਕੱਟੀ ਹੈਗੀ ਆ, ਕੀ ਕੀਤਾ। ਔਰ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਚਾਹੁੰਦੀ ਹਾਂ ਵੀ ਰਿਸ਼ਤੇਦਾਰ ਵੀ ਜਿਹੜੇ ਹੈਗੇ ਆ ਉਹ ਵੀ ਪੈਸੇ ਦੇ ਨਾਲ ਹੀ ਹੈਗੇ ਆ। ਅਗਰ ਸਾਡਾ ਕੰਮ ਸੈੱਟ ਹੈਗਾ ਤਾਂ ਸਾਡੇ ਰਿਸ਼ਤੇਦਾਰ ਹੈਗੇ ਆ, ਅਗਰ ਸਾਡਾ ਕੰਮ ਸੈੱਟ ਨਹੀਂ ਆ, ਅਸੀਂ ਉੱਜੜ ਗਏ ਹੈਗੇ ਹਾਂ, ਸਾਡੇ ਕੋਲ ਖਾਣ ਨੂੰ ਕੁਛ ਨਹੀਂ ਆ, ਅਤੇ ਕਿਸੇ ਭੈਣ ਭਰਾ ਨੇ ਵੀ ਆ ਕੇ ਸਾਡੀ ਸਾਰ ਨਹੀਂ ਪੁੱਛਣੀ ਵੀ ਤੁਸੀਂ ਕਿਵੇਂ ਰਹਿ ਰਹੇ ਹੋ। ਆਸ ਪੜੋਸ ਜਿਹੜਾ ਹੈਗਾ, ਆਂਢ ਗੁਆਂਢ, ਉਹ ਫਿਰ ਵੀ ਇੱਕ ਵਾਰੀ ਦੇਖ ਲਏਗਾ ਵੀ ਸਾਡਾ ਕੋਈ ਗੁਆਂਢੀ ਜਿਹੜਾ ਹੈਗਾ ਉਹ ਭੁੱਖਾ ਨਾ ਸੋਵੇ। ਹੁਣ ਅਸੀਂ ਹੀ ਹੈਗੇ ਹਾਂ, ਚਾਹੇ ਸਾਡੇ ਅਸੀਂ ਵੀ ਘਰੋਂ ਪੂਰੇ ਸੂਰੇ ਹੀ ਹੈਗੇ ਹਾਂ, ਪਰ ਫਿਰ ਵੀ ਇਹ ਸਾਡੀ ਕੋਸ਼ਿਸ਼ ਹੁੰਦੀ ਆ ਵੀ ਸਾਡੇ ਨਾਲ ਦੀ ਕੋਈ ਬੀਬੀ ਇਹੋ ਜਿਹੀ ਨਾ ਰਹਿ ਜਾਵੇ ਜਿਹੜੀ ਕਿਸੇ ਪਾਸਿਓਂ ਇਹਨੂੰ ਬਹੁਤ ਜ਼ਿਆਦਾ ਕਿਸੇ ਚੀਜ਼ ਦੀ ਤੰਗੀ ਹੋਵੇ, ਜਾਂ ਇਹਨਾਂ ਕੋਲ ਇੱਕ ਟਾਈਮ ਦੀ ਰੋਟੀ ਨਾ ਹੋਵੇ ਜਾਂ ਕੁਛ ਹੋਵੇ, ਅਤੇ ਹਰ ਚੀਜ਼ ਦਾ ਧਿਆਨ ਰੱਖੀਦਾ। ਹੁਣ ਜਿਵੇਂ ਸਰਦੀਆਂ ਆ ਗਈਆਂ ਅਤੇ ਇਹਨਾਂ ਬੀਬੀਆਂ ਨੂੰ ਗਰਮ ਕੱਪੜੇ ਵੀ ਚਾਹੀਦੇ ਆ, ਸਵੈਟਰਾਂ ਵੀ ਚਾਹੀਦੀਆਂ ਨੇ, ਬੂਟ ਵੀ ਚਾਹੀਦੇ ਨੇ, ਸਭ ਕੋਈ ਉਹ ਇੱਕ ਇੱਕ ਚੀਜ਼ ਇਹਨਾਂ ਦੀ ਜਿਹੜੀ ਪੂਰੀ ਕਰਨੀ ਹੈਗੀ ਆ ਉਹ ਸਾਡੇ ਲੋਕਾਂ ਵਾਸਤੇ ਵੀ ਬਹੁਤ ਮੁਸ਼ਕਲ ਹੈਗੀ ਆ ਵੀ ਇੰਨਾ ਦੇਖੋ ਕਰਨਾ। ਫਿਰ ਇਹ ਨਹੀਂ ਆ ਵੀ ਇੱਕ ਨੂੰ ਹੀ ਸਾਰਾ ਕੁਛ ਦਿਓ ਅਤੇ ਦੂਜੀ ਰਹਿ ਜਾਵੇ, ਉਹ ਚੀਜ਼ ਵੀ ਨਹੀਂ ਹੈਗੀ। ਅਸੀਂ ਜੋ ਕੁਛ ਵੀ ਕਰਨਾ ਇਹਨਾਂ ਸਾਰੀਆਂ ਦੇ ਵਾਸਤੇ ਬਰਾਬਰ ਕਰਨਾ, ਇੱਕ ਸਮਾਨ ਕਰਨਾ ਹੈਗਾ, ਕਿਉਂ ਸਾਡੇ ਵਾਸਤੇ ਸਭ ਇੱਕ ਸਮਾਨ ਹੈਗੀਆਂ। ਹਾਂ, ਜਦੋਂ ਕਿਤੇ ਕੋਈ ਜ਼ਿਆਦਾ ਬਿਮਾਰ ਹੋ ਜਾਂਦੀ ਆ, ਕਿਸੇ ਨੂੰ ਡਾਕਟਰ ਦੀ ਲੋੜ ਪੈਂਦੀ, ਉੱਥੇ ਵੀ ਲੈ ਕੇ ਜਾਂਦੇ ਹਾਂ, ਕਿਉਂ ਸਾਡੀ ਡਿਊਟੀ ਬਣਦੀ ਆ, ਸਾਨੂੰ ਪਰਮਾਤਮਾ ਨੇ ਇਹ ਡਿਊਟੀ ਸੌਂਪੀ ਆ। 84 ਦੇ ਵਿੱਚ ਅਸੀਂ ਲੋਕਾਂ ਨੇ ਵੀ ਬੜਾ ਕੁਛ ਦੇਖਿਆ ਹੈਗਾ, ਸਾਡੇ ਨਾਲ ਬਹੁਤ ਕੁਛ ਹੋਇਆ। ਸੋ ਇਸ ਕਰਕੇ ਅਸੀਂ ਵੀ ਉਹ ਦਿਨ ਨਹੀਂ ਭੁੱਲਣਾ ਚਾਹੁੰਦੇ ਹੈਗੇ ਹਾਂ, ਨਾ ਹੀ ਭੁੱਲ ਸਕਦੇ ਹਾਂ, ਕਿਉਂ ਮੇਰੇ ਤਾਂ ਖੁਦ ਹਸਬੈਂਡ ਜਿਹੜੇ ਹੈਗੇ ਆ 33 ਸਾਲਾਂ ਤੋਂ ਮੰਜੀ 'ਤੇ ਹੈਗੇ ਆ। ਤੁਹਾਡੇ? ਹਾਂਜੀ ਹਾਂਜੀ, ਮੇਰੇ ਹਸਬੈਂਡ 33 ਸਾਲ ਤੋਂ ਮੰਜੀ
ਉਹਨਾਂ ਦੀ ਇਹ ਕੰਬਰ ਦੀ ਹੱਡੀ ਤੋੜ ਦਿੱਤੀ ਗਈ ਸੀ, ਆਪਣੇ ਵੱਲੋਂ ਮਾਰ ਕੇ ਸਿੱਟ ਗਏ ਸੀ, ਕਿਉਂ ਮੇਰੇ ਦੋ ਮਤਲਬ ਦਿਓਰ ਜਿਹੜੇ ਸ਼ਹੀਦ ਹੋ ਗਏ ਸੀ ਉਸ ਵੇਲੇ, ਉਹਨਾਂ ਨੂੰ ਜਿੰਦਿਆਂ ਸਾਡੀਆਂ ਅੱਖਾਂ ਦੇ ਸਾਹਮਣੇ ਸਾੜਿਆ, ਇਹਨਾਂ ਨੂੰ ਮਾਰ ਕੇ, ਇਹ ਫੈਕਟਰੀ ਵਿੱਚੋਂ ਆ ਰਹੇ ਸੀ, ਕੀਰਤੀ ਨਗਰ ਸਾਡੀ ਫੈਕਟਰੀ ਸੀਗੀ, ਫੈਕਟਰੀ ਦੇ ਵਿੱਚੋਂ ਆ ਰਹੇ ਸੀ ਔਰ ਇਹਨਾਂ ਨੂੰ ਰਸਤੇ ਵਿੱਚ ਮਾਰ ਕੇ ਸਿੱਟ ਗਏ। ਇਹਨਾਂ ਨੂੰ ਤਾਂ ਕੋਈ ਚੁੱਕ ਕੇ ਮੈਡੀਕਲ ਲੈ ਗਿਆ ਹੈਗਾ, ਉਹ ਵੀ 2-3 ਘੰਟਿਆਂ ਬਾਅਦ, ਜਦੋਂ ਇਹਨਾਂ ਨੇ ਕੋਈ ਚੀਕਿਆ ਚੁੱਕੇ ਹੋਣੇ ਭਈ ਮੈਨੂੰ ਕੋਈ ਬਚਾ ਲਓ ਜਾਂ ਕੁਛ ਹੈਗਾ। ਅਤੇ ਸੋ ਸਾਨੂੰ 15 ਦਿਨਾਂ ਬਾਅਦ ਇਹਨਾਂ ਦਾ ਪਤਾ ਲੱਗਿਆ ਸੀ ਵੀ ਇਹ ਜਿੰਦੇ ਹੈਗੇ, ਨਹੀਂ ਤਾਂ ਪਹਿਲੇ ਅਸੀਂ ਵੀ ਇਹ ਸੋਚਿਆ ਸੀ ਵੀ ਸ਼ਾਇਦ ਇਹ ਵੀ ਮਤਲਬ ਮਾਰੇ ਗਏ ਹੈਗੇ। ਤੋ ਇਸ ਤਰ੍ਹਾਂ ਕਰਕੇ ਜੋ ਸਾਡੇ ਨਾਲ ਬੀਤੀ ਦੀ ਆ, ਜੋ ਅਸੀਂ ਹੱਡਾਂ ਤੇ ਹੰਡਾਇਆ, ਉਹ ਇਲਾਜ ਕਿਵੇਂ ਹੋ ਰਿਹਾ, ਕੀ ਕਰਾ ਰਹੇ ਹੋ ਤੁਸੀਂ? ਦੇਖੋ ਮੈਂ ਬੱਚੇ 10ਵੀਂ ਪੜ੍ਹੇ ਨੇ ਮੇਰੇ ਬੱਚੇ, ਮੈਂ ਉਹਨਾਂ ਨੂੰ ਹਟਾ ਲਿਆ ਸੀ। ਉਹ ਇੱਕ ਬੱਚਾ ਕਚਹਿਰੀ ਵਿੱਚ ਹੈਗਾ, ਉਹ ਫੋਟੋ ਸਟੇਟ ਦੀ ਮਸ਼ੀਨ ਲਗਾ ਕੇ ਦਿੱਤੀ ਆ, ਔਰ ਇੱਕ ਬੱਚਾ ਹੈਗਾ ਸੱਭਿਆਚਾਰਕ ਪ੍ਰੋਗਰਾਮ ਭੰਗੜਾ ਪਾਉਂਦਾ ਹੈਗਾ। ਕਹਿਣ ਲੱਗਿਆਂ ਸ਼ਰਮ ਬਹੁਤ ਆਉਂਦੀ ਆ, ਪਰ ਦੇਖੋ ਮਿਹਨਤ ਕਰਦੇ ਨੇ, ਇਸ ਚੀਜ਼ ਦੀ ਮੈਨੂੰ ਬਹੁਤ ਖੁਸ਼ੀ ਆ ਵੀ ਮੇਰੇ ਬੱਚੇ ਮਿਹਨਤ ਕਰਦੇ ਨੇ ਔਰ ਆਪਣੇ ਪਿਓ ਦੀ ਪੂਰੀ ਸੇਵਾ ਕਰਦੇ ਨੇ। ਅਗਰ ਅੱਧੀ ਰਾਤ ਵੀ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਹੈਗੀ ਆ, ਉਹ ਪੂਰੀ ਕਰਦੇ। ਇਲਾਜ ਨਹੀਂ ਹੋ ਸਕਦਾ ਉਹਨਾਂ ਦਾ? ਇਲਾਜ ਕਰਵਾਈ ਜਾ ਰਹੇ ਹਾਂ, ਪਰ ਉਹ ਨਹੀਂ, ਉਹ ਹੱਡੀ ਬਿਲਕੁਲ ਅਲੱਗ ਹੋ ਚੁੱਕੀ ਦੀ ਆ ਹੁਣ, ਇਸ ਕਰਕੇ ਉਹਨਾਂ ਦਾ ਉਹ ਚੀਜ਼ 'ਤੇ ਅਗਰ ਅਸੀਂ ਕਹਾਂ ਆਪਰੇਸ਼ਨ ਕਰਵਾਵਾਂਗੇ। ਉਹਨਾਂ ਦੀ ਉਮਰ ਇਸ ਤਰ੍ਹਾਂ ਹੈਗੀ, ਮੇਰੇ ਪਹਿਲੇ ਸਿਸਟਰ ਦੀ ਸ਼ਾਦੀ ਸੀਗੀ ਉਹਨਾਂ ਦੇ ਨਾਲ, ਅਤੇ ਸਿਸਟਰ ਦੀ ਡੈਥ ਹੋਣ ਤੋਂ ਬਾਅਦ ਫਿਰ ਮੇਰੀ ਸ਼ਾਦੀ ਹੋਈ ਸੀਗੀ। ਤੋ ਸੋ ਇਸ ਕਰਕੇ ਉਹਨਾਂ ਦੀ ਉਮਰ ਜ਼ਿਆਦਾ ਹੈਗੀ ਆ, ਮੇਰਾ ਖਿਆਲ 80 ਦੇ ਕਰੀਬ ਕਰੀਬ ਉਹਨਾਂ ਦੀ ਉਮਰ ਹੋਣੀ ਆ। ਹਾਂਜੀ, ਇਸ ਕਰਕੇ ਹੁਣ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਵੀ ਅਸੀਂ ਉਹਨਾਂ ਦਾ ਆਪਰੇਸ਼ਨ ਵਗੈਰਾ ਬਿਲਕੁਲ ਨਹੀਂ ਕਰਵਾ ਸਕਦੇ। ਜੀ ਹਾਂਜੀ। ਸੋ 84 ਦੀਆਂ ਕਹਾਣੀਆਂ ਨੇ ਜਿਹੜੀਆਂ ਉਹ ਬੜੀਆਂ ਦਰਦਨਾਕ ਨੇ। ਸੋ ਬਹੁਤ ਬਹੁਤ ਤਰ੍ਹਾਂ ਦੇ ਜਿਹੜੇ ਦਰਦ ਨੇ ਸਾਰੇ ਲੋਕਾਂ ਨੇ ਸਮੇਟੇ ਹੋਏ ਨੇ, ਜਿਵੇਂ ਬੀਬੀ ਹਰਬੰਸ ਕੌਰ, ਬਲਬੀਰ ਕੌਰ ਨੇ, ਇੱਕ ਹੋਰ ਬਹੁਤ ਬਜ਼ੁਰਗ ਬੀਬੀ ਜੀ ਸੀ ਜਿਹਨਾਂ ਦੇ ਗੋਡਿਆਂ ਦਾ ਵੀ, ਜਿਹੜੇ ਹੱਥ ਕਹਿ ਰਹੇ ਸੀ ਮੇਰੇ ਟੁੱਟੇ ਹੋਏ ਨੇ, ਹੋਰ ਕਿਸ ਤਰੀਕੇ ਦੇ ਇਹਨਾਂ ਦੇ ਇਲਾਜ ਹੋਣੇ ਨੇ, ਗੋਡੇ ਵੀ ਬਦਲਣ ਵਾਲੇ ਨੇ ਕੁਝ ਬੀਬੀਆਂ ਦੇ? ਉਹ ਬੀਬੀ ਜਿਹੜੀ ਹੈਗੀ ਆ ਉਹਦਾ ਨਾਮ ਹੈਗਾ ਗੁਰਦੇਵ ਕੌਰ, ਜਿਹਦੇ ਹੱਥ ਟੁੱਟੇ ਹੋਏ। ਹਾਂਜੀ, ਗੁਰਦੇਵ ਕੌਰ ਉਹਦਾ ਇੱਥੋਂ ਹੱਥ ਟੁੱਟਿਆ ਦਾ, ਆਹ ਚੀਜ਼ ਟੁੱਟੀ ਦੀ ਆ, ਆਹ ਗੋਡਾ ਟੁੱਟਿਆ ਹੋਇਆ, ਪਰ ਉਹ ਉਸੇ ਹਾਲਤ ਵਿੱਚ ਕਿਤੇ ਕਿਸੇ ਦੇ ਘਰ ਜਾ ਕੇ ਸਬਜ਼ੀਆਂ ਲਗਾ ਦਿੰਦੀ ਆ, ਕਿਸੇ ਦੇ ਘਰ ਜਾ ਕੇ ਵਿਹੜੇ ਧੋ ਦਿੰਦੀ ਆ, ਕਿਸੇ ਦੇ, ਕਿਉਂ ਆਪਣਾ ਪੇਟ ਪਾਲਣਾ, ਇਹ ਪੇਟ ਬੜਾ ਜ਼ਾਲਮ ਹੈਗਾ, ਇਹਨੂੰ ਪਾਲਣ ਵਾਸਤੇ, ਪੇਟ ਭਰਨ ਵਾਸਤੇ ਬੜਾ ਕੁਛ ਉਹਨੂੰ ਕਰਨਾ ਪੈ ਰਿਹਾ ਹੈਗਾ, ਬਹੁਤ ਕੁਛ ਕਰਦੀ ਪਈ ਆ, ਜਵਾਈ ਜਿਹੜੇ ਹੈਗੇ ਨੇ ਉਹਦੇ ਨੇੜੇ ਨਹੀਂ ਲੱਗਦੇ ਹੈਗੇ, ਉਹਨੂੰ ਬਿਲਕੁਲ ਸਾਰ ਨਹੀਂ ਉਹਦੀ ਪੁੱਛਦੇ ਹੈਗੇ। ਸੋ ਇਸ ਕਰਕੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਦੇਖ ਕੇ, ਅਤੇ ਇਨਸਾਨ ਦੀ ਜਿਹੜੀ ਰੂਹ ਹੈਗੀ ਆ ਉਹ ਕੰਬ ਜਾਂਦੀ ਹੈਗੀ ਆ। ਅਤੇ ਹੁਣ ਜਿਹੜੀ ਉਹ ਬੀਬੀ ਹਰਬੰਸ ਕੌਰ, ਸ਼ੁਰੂ ਤੋਂ ਤੁਸੀਂ ਸਭ ਤੋਂ ਪਹਿਲੇ ਦੇਖੀਏ, ਉਹਦੇ 3 ਮੁੰਡੇ ਸੀਗੇ ਜਿਹੜੇ 84 ਤੋਂ ਬਾਅਦ ਇੱਥੇ ਆ ਕੇ ਮਰ ਗਏ ਹੋ ਜੀ। ਉਹਨਾਂ ਦਾ ਵੀ ਇਲਾਜ ਨਹੀਂ ਹੋ ਸਕਿਆ, ਅਗਰ ਕੋਈ ਬਿਮਾਰ ਹੋਇਆ ਉਹਨਾਂ ਦਾ ਇਲਾਜ ਨਹੀਂ ਉਹ ਕਰਵਾ ਪਾਏ ਜਾਂ ਕੁਛ ਹੈਗਾ। ਅੱਜ ਵੀ ਬਹੁਤ ਲੋਕ ਇਹੋ ਜਿਹੇ ਹੈਗੇ ਨੇ ਜਿਹੜੇ ਇਲਾਜ ਤੋਂ ਬਿਨਾਂ ਮਰ ਰਹੇ ਹੈਗੇ ਜੀ, ਇਲਾਜ ਤੋਂ ਬਿਨਾਂ ਮਰ ਰਹੇ। ਤੇ ਸਰਕਾਰ ਨੇ ਜਿਹੜੇ ਲਾਲ ਕਾਰਡ ਬਣਾਏ ਨੇ, ਕੋਈ ਇਲਾਜ ਦੀ ਸਹੂਲਤ ਨਹੀਂ ਹੈਗੀ ਉਹਦੇ ਵਿੱਚ, ਛੋਟਾ ਇਲਾਜ ਹੋਏਗਾ? ਨਹੀਂ ਜੀ, ਬਿਲਕੁਲ ਨਹੀਂ ਹੈਗੀ ਆ। ਜਿਹੜੇ ਨੀਲੇ ਕਾਰਡ ਬਣੇ ਸਨ, ਉਹ ਮੈਂ ਇਹਨਾਂ ਲੋਕਾਂ ਦੇ ਨੀਲੇ ਕਾਰਡ ਬੜੀ ਮੁਸ਼ਕਲ ਲੜ ਕੇ, ਨੀਲੇ ਕਾਰਡ ਤਾਂ ਰਾਸ਼ਨ ਲਈ ਬਣੇ ਸੀ, ਰਾਸ਼ਨ ਲਈ ਬਣੇ ਸਨ। ਮੈਨੂੰ ਅੱਜ ਵੀ ਯਾਦ ਆ ਉਹ ਰਾਸ਼ਨ ਵਾਲੇ ਕਾਰਡ, ਮੈਂ ਬਾਦਲ ਸਾਹਿਬ ਦੇ ਨਾਲ 3 ਵਾਰੀ ਲੜਾਈ ਕਰਕੇ ਬੜਾ ਕੁਛ ਕੀਤਾ ਸੀ, ਸ਼ਾਇਦ ਤੁਹਾਨੂੰ ਇਹ ਵੀ ਯਾਦ ਹੋਏਗਾ ਕਿ ਮੈਂ ਬਾਦਲ ਸਾਹਿਬ ਦੇ ਆਤਮ ਹੱਤਿਆ ਵੀ ਕਰਨ ਵਾਸਤੇ ਵੀ ਗਈ ਸਾਂ, ਮੈਂ ਬਾਦਲ ਸਾਹਿਬ ਦੇ ਮੂੰਹ 'ਤੇ ਚੁੰਨੀਆਂ ਵੀ ਮਾਰੀਆਂ ਸਨ ਜੀ, ਕਿਉਂ ਮੈਂ ਇਹਨਾਂ ਲੋਕਾਂ ਦੇ ਦੁੱਖ ਜਦੋਂ ਦੇਖਦੀ ਹੈਗੀ ਹਾਂ ਉਸ ਟਾਈਮ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ। ਤੁਸੀਂ ਇਹ ਦੇਖ ਲਓ ਭਈ ਉਹ ਨੀਲੇ ਕਾਰਡ ਜਦੋਂ ਮੈਂ ਬਣਾਏ, ਮੈਂ 2-3 ਵਾਰੀ ਪਹਿਲੇ ਬਾਦਲ ਸਾਹਿਬ ਕੋਲ ਗਈ, ਮੈਂ ਉਹਨਾਂ ਦੇ ਅੱਗੇ ਬੜੇ ਹੱਥ ਜੋੜੇ, ਫਿਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਭਈ ਤੁਸੀਂ ਕਿਹੜੇ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੇ ਹੋ, ਵੀ ਜੇ ਤੁਹਾਡੇ ਕੋਲ ਸਾਰੇ ਲੋਕਾਂ ਵਾਸਤੇ ਬਣਾਉਣ ਵਾਸਤੇ ਇੱਕ ਸਮਾਨ ਤੁਸੀਂ ਉਹ ਕਰ ਰਹੇ ਹੋ, ਤੁਸੀਂ ਇਹਨਾਂ ਪੀੜਿਤ ਪਰਿਵਾਰਾਂ ਦੇ ਕਿਉਂ ਨਹੀਂ ਬਣਾਉਂਦੇ? ਸਾਡੇ ਕਾਰਡ, ਇਹਨਾਂ ਲੋਕਾਂ ਦੇ ਕਾਰਡ ਨਹੀਂ ਸੀ ਬਣੇ ਜੇ, ਅੱਛਾ ਨੀਲੇ ਕਾਰਡ ਦਿੱਗਾ ਕਤਲੇਆਮ ਪੀੜਤਾਂ ਦੇ ਨਹੀਂ ਸੀ ਬਣਦੇ? ਨਹੀਂ, ਇਹਨਾਂ ਦੇ ਨਹੀਂ ਸੀ ਬਣੇ, ਬਾਕੀ ਸਭ ਦੇ ਬਣ ਗਏ ਸੀਗੇ ਜੀ। ਫਿਰ ਮੈਂ ਲੜਾਈ ਕਰਕੇ 3 ਵਾਰੀ ਬਾਦਲ ਸਾਹਿਬ ਦੇ ਨਾਲ ਲੜ ਕੇ, ਹੱਥ ਜੋੜ ਕੇ, ਜਿਵੇਂ ਵੀ ਕਰਕੇ ਨੀਲੇ ਕਾਰਡ ਬਣਵਾਏ। ਉਸ ਤੋਂ ਬਾਅਦ ਉਹ ਨੀਲੇ ਕਾਰਡਾਂ 'ਤੇ ਇਹਨਾਂ ਦੇ ਕੋਈ ਕਾਰਡ ਬਣਾਏ ਸਨ ਬਾਦਲ ਸਾਹਿਬ ਵੱਲੋਂ, ਵੀ 50,000 ਤੱਕ ਦਾ ਜਿਹੜਾ ਇਲਾਜ ਹੈਗਾ ਉਹ ਫਰੀ ਹੁੰਦਾ ਸੀ ਜੀ, ਭਗਤ ਪੂਰਨ ਸਕੀਮ ਦਾ। ਹਾਂਜੀ ਹਾਂਜੀ। ਅਤੇ ਹੁਣ ਤਾਂ ਉਹ ਚੀਜ਼ ਵੀ ਬੰਦ ਹੋ ਗਈ, ਨੀਲੇ ਕਾਰਡ ਵੀ ਬੰਦ ਹੋ ਗਏ, ਅਤੇ ਉਹ ਕਾਰਡ ਵੀ ਬੰਦ ਹੋ ਗਏ ਇਲਾਜ ਵਾਲੇ। ਹੁਣ ਫਿਰ ਜਾ ਕੇ ਇਹ ਬੀਬੀਆਂ ਨੇ ਵਿੱਚੋਂ, ਤੁਸੀਂ ਇਹ ਕਹਿ ਲਓ 2-3 ਸਾਲ ਇਹਨਾਂ ਨੇ ਰੱਜ ਕੇ ਰੋਟੀ ਫਿਰ ਵੀ ਖਾਧੀ ਸੀ, ਕਿਉਂ ਦਾਲਾਂ ਮਿਲ ਜਾਂਦੀਆਂ ਸਨ ਸਸਤੀਆਂ, ਆਟਾ ਮਿਲ ਜਾਂਦਾ ਸੀਗਾ। ਤੋ ਇਸ ਕਰਕੇ ਭਈ ਹੁਣ ਜਿਹੜਾ ਹੈਗਾ, ਹੁਣ ਇਹਨਾਂ ਦੀ ਹਾਲਤ ਫਿਰ ਮੁੜ ਕੇ ਉੱਥੇ ਹੀ ਆ ਗਈ, ਕਿਉਂ ਇਸ ਟਾਈਮ ਰਾਸ਼ਨ ਵੀ ਬੰਦ ਹੋ ਗਿਆ ਅਤੇ ਉਹ ਦਵਾਈਆਂ ਵਾਲੇ ਜਿਹੜੇ ਕਾਰਡ ਹੈਗੇ ਉਹ ਵੀ ਬੰਦ ਹੋ ਗਏ। ਬਾਕੀ ਜੋ ਕਹਾਂ ਆਪਾਂ ਸਰਕਾਰਾਂ ਨੇ ਜੇ ਇਹਨਾਂ ਬਾਰੇ ਕੋਈ ਸੋਚਿਆ ਹੋਵੇ, ਉਹ ਬਿਲਕੁਲ ਹੀ ਨਹੀਂ ਹੈਗਾ, ਚਾਹੇ ਉਹ ਅਕਾਲੀ ਸਰਕਾਰ ਆਈ, ਚਾਹੇ ਉਹ ਕਾਂਗਰਸ। ਕਾਂਗਰਸ ਨੇ ਤਾਂ ਕਰਨਾ ਹੀ ਕੀ ਹੈਗਾ, ਜਿਨ੍ਹਾਂ ਨੇ ਉਜਾੜਿਆ ਉਹਨਾਂ ਨੇ ਸਾਡਾ ਕੀ ਕਰਨਾ ਹੈਗਾ? ਬਾਕੀ ਜਿਹੜੇ ਆਪਣੇ ਸਨ ਉਹਨਾਂ ਨੇ ਵੀ ਜੇ ਆਪਾਂ ਕਹਾਂ, ਉਹਨਾਂ ਨੇ ਸਾਨੂੰ ਮੁੜ ਵਸੇਵੇ ਦੇ ਅਗਰ ਕੋਈ ਯਤਨ ਕੀਤੇ ਹੋਣ ਤਾਂ ਨਹੀਂ।
ਪੀੜਤ ਪਰਿਵਾਰ ਜੀ, ਔਰ ਇਹਨਾਂ ਸਾਰਿਆਂ ਵਿੱਚੋਂ 1700 ਮਕਾਨ ਮਿਲਿਆ ਹੋਵੇ, ਜਿਹਦੇ ਵਿੱਚੋਂ 700 ਮਕਾਨ ਹੈਗਾ ਜਿਹੜਾ ਸਰਕਾਰ ਨੇ ਆਪਣੇ ਵੱਲੋਂ ਡਰਾ ਕੱਢ ਕੇ ਦਿੱਤਾ ਸੀਗਾ ਜੀ। ਬਾਕੀ ਜਿਤਨੇ ਮਕਾਨ ਹੈਗੇ ਨੇ ਉਹ ਜਦੋਂ ਅਸੀਂ ਦੇਖਦੇ ਸਾਂ ਇਹ ਕਲੋਨੀ ਟੁੱਟ ਗਈ ਆ, ਇਹ ਮਤਲਬ ਹੁਣ ਡਿੱਗਣ ਵਾਲੀ ਹੈਗੀ ਆ, ਕੰਡਮ ਹੋ ਗਈ ਆ, ਅਸੀਂ ਉਹਦੇ ਵਿੱਚ ਜਾ ਕੇ ਕਬਜ਼ੇ ਕਰ ਲੈਂਦੇ ਸਾਂ ਜੀ। ਅਸੀਂ ਇਸ ਤਰ੍ਹਾਂ ਕਰਕੇ ਆਪਣੇ 1700 ਪਰਿਵਾਰ ਜਿਹੜੇ, 700 ਚੜੋ 1000 ਪਰਿਵਾਰ ਅਸੀਂ ਐਵੇਂ ਵਸਾਇਆ ਹੈਗਾ ਜੀ। ਅਤੇ ਇਸ ਕਰਕੇ ਜੋ ਸਰਕਾਰਾਂ ਦੀ ਡਿਊਟੀ ਬਣਦੀ ਸੀ ਉਹ ਉਹਨਾਂ ਨੇ ਕੀਤੀ ਨਹੀਂ ਹੈਗੀ ਬਿਲਕੁਲ। ਸੋ 1700 ਲੋਕਾਂ ਕੋਲ ਹੁਣ ਮਕਾਨ ਹੈਗੇ। ਪੈਨਸ਼ਨ ਕਿੰਨੀਆਂ ਕੁ ਬੀਬੀਆਂ ਦੀ ਲੱਗੀ ਆ ਆਪਣੀ? ਪੈਨਸ਼ਨ ਤਕਰੀਬਨ ਮੇਰਾ ਖਿਆਲ ਨਾਲ ਕੋਈ 700-750 ਬੀਬੀ ਦੀ ਪੈਨਸ਼ਨ ਲੱਗੀ ਹੋਈ ਆ। 750 ਬੀਬੀ, ਹਾਂਜੀ। ਅਤੇ ਕਿੰਨੀਆਂ ਕੁ ਬੀਬੀਆਂ ਬਕਾਇਆ ਪੈਨਸ਼ਨ ਵਾਲੀਆਂ? ਇਹ ਤਾਂ ਪੈਨਸ਼ਨ ਵਾਲੀਆਂ ਹਾਲੇ ਤਕਰੀਬਨ ਜੀ ਘੱਟ ਤੋਂ ਘੱਟ ਕੁਛ ਵੀ ਨਹੀਂ, 1000 ਬੀਬੀ ਇਹੋ ਜਿਹੀ ਹੈਗੀ ਜਿਹੜੀ ਉਸ ਟਾਈਮ ਦੀ ਵਿਧਵਾ ਬੀਬੀ ਹੈਗੀ ਆ, ਉਹਨੂੰ ਹੀ ਪੈਨਸ਼ਨ ਲੱਗਦੀ ਆ। ਅੱਛਾ। ਜਿਹਦਾ ਪਤੀ 84 ਵਿੱਚ ਹੀ ਮਾਰਿਆ ਗਿਆ, ਜਿਹਨਾਂ ਦਾ ਪਤੀ 84 ਚ ਕਤਲ ਹੋਇਆ ਉਹਨਾਂ ਦੀ ਉਹਨਾਂ ਦੀ ਲੱਗਦੀ ਹੈ ਜੀ। ਇਹ ਵੀ 1000 ਬੀਬੀਆਂ ਹਜੇ ਬਾਕੀ ਆ, ਹਜੇ ਬਾਕੀ ਹਨ ਜੀ। ਔਰ ਫਿਰ ਜਿਹੜੀ ਇਹਨਾਂ ਦੀ ਅਸੀਂ 250-250 ਰੁਪਇਆ ਪੈਨਸ਼ਨ ਲਗਵਾਈ ਸੀ, ਬੁਢੇਪਾ ਪੈਨਸ਼ਨ ਜੀ ਜੀ, ਤੇ ਹੁਣ ਉਹ ਵੀ ਬੰਦ ਹੈਗੀ ਆ। ਮੇਰਾ ਖਿਆਲ 9 ਮਹੀਨੇ ਹੋ ਚੱਲੇ, ਰੋਜ਼ ਮੇਰੇ ਕੋਲ ਆਉਂਦੀ ਆ, ਸਾਡਾ ਕੁਝ ਕਰੋ। ਸੋ 250-250 ਰੁਪਇਆ ਪੈਨਸ਼ਨ ਦੇ ਕੇ ਸਰਕਾਰ ਵੋਟ ਮੰਗਦੀ ਹੈ? ਹਾਂਜੀ, ਕਿ ਅਸੀਂ ਤੁਹਾਡਾ ਬਹੁਤ ਸਵਾਲ। ਬਿਲਕੁਲ ਬਿਲਕੁਲ। ਤੇ ਹੁਣ ਕੁੱਲ ਪੈਨਸ਼ਨ ਕਿੰਨੀ ਲੱਗਦੀ ਹੈ ਇਹਨਾਂ ਬੀਬੀਆਂ ਦੀ? ਮੈਂ ਸੁਣਿਆ ਕਿ ਕਿਸੇ ਦੀ 5-5 ਹਜ਼ਾਰ ਵੀ ਪੈਨਸ਼ਨ ਲੱਗਦੀ। ਹਾਂਜੀ, ਜੇ ਉਹ ਜਿਹੜੀ ਵਿਧਵਾ ਬੀਬੀ ਹੈਗੀ ਆ, ਜਿਹੜੀ 84 ਵਿੱਚ ਵਿਧਵਾ ਹੋਈ ਹੈ ਜੀ, ਉਹਨਾਂ ਦੀ 5 ਹਜ਼ਾਰ ਉਹਨਾਂ ਨੂੰ ਮਿਲਦੀ ਹੈ? ਹਾਂ, ਉਹਨਾਂ ਨੂੰ ਮਿਲਦੀ ਹੈਗੀ ਆ, ਕਦੀ 5-5-6-6 ਮਹੀਨੇ ਵਿੱਚ ਗੈਪ ਪੈ ਜਾਂਦਾ। ਬੀਬੀਆਂ ਨੇ ਜਿਹੜੀਆਂ ਜਿਹਨਾਂ ਨੂੰ ਮਿਲਦੀ ਹੈ, ਇਹ ਕੋਈ ਤਕਰੀਬਨ ਮੇਰਾ ਖਿਆਲ ਹੈ 750-750 ਬੀਬੀ ਹੈ। 750-750 ਬੀਬੀ ਨੂੰ 5 ਹਜ਼ਾਰ ਰੁਪਏ ਪੈਨਸ਼ਨ ਮਿਲਦੀ ਹੈ, ਪਰ 1000 ਬੀਬੀਆਂ ਹਜੇ ਬਾਕੀ ਹੈਗੀਆਂ। 1000 ਬੀਬੀਆਂ ਬਾਕੀ, ਹਾਂਜੀ। ਇਹ ਵੀ ਅਸੀਂ ਬੜੀ ਮੁਸ਼ਕਲ ਮਤਲਬ ਲੜਾਈਆਂ ਲੜ ਕੇ ਪੈਨਸ਼ਨ ਵੀ ਲਗਵਾਈ ਸੀਗੀ ਜੀ ਜੀ ਜੀ। ਇਹ ਤੁਹਾਨੂੰ ਤੁਸੀਂ ਇੱਥੇ ਦੇਖਿਆ ਹੀ ਹੋਣਾ, ਹਰ ਵੇਲੇ ਹਰ ਇੱਕ ਚੀਜ਼ ਵੱਲ 'ਤੇ ਕਦਮ ਕਦਮ 'ਤੇ ਸਾਡੀ ਲੜਾਈ ਰਹੀ ਆ, ਸਾਡਾ ਸੰਘਰਸ਼ ਰਿਹਾ। ਪਾਣੀ ਦੀਆਂ ਬਚਾਣਾਂ ਸਾਡੇ 'ਤੇ ਹੋਈਆਂ, ਡਾਂਗਾਂ ਸਾਡੇ 'ਤੇ ਚੱਲੀਆਂ, ਸਾਰਾ ਕੁਛ ਹੀ ਹੋਇਆ ਸਾਡੇ 'ਤੇ। ਪਰ ਅਸੀਂ ਵੀ ਜਦੋਂ ਕੋਈ ਇਹੋ ਜਿਹਾ ਮੌਕਾ ਆਉਂਦਾ ਰਿਹਾ, ਕੋਈ ਚੀਜ਼ ਆਉਂਦੀ ਰਹੀ, ਅਸੀਂ ਉਸ ਚੀਜ਼ ਤੋਂ ਨਾ ਪਿੱਛੇ ਹਟਿਆ, ਨਾ ਹੀ ਕਦੀ ਹਟ ਸਕਦੇ ਹਾਂ, ਕਿਉਂ ਸਾਡੀਆਂ ਅੱਖਾਂ ਦੇ ਸਾਹਮਣੇ ਸਭ ਕੁਛ ਹੈਗਾ। ਜੋ ਚੀਜ਼ ਅਸੀਂ ਅੰਡਾਈ ਹੋਈ ਆ, ਉਹੀ ਆ ਇਹਨਾਂ ਲੋਕਾਂ ਦੇ ਨਾਲ ਹੈਗੀ। ਅਤੇ ਹੁਣ ਕਿੰਨੇ ਕੁ ਪਰਿਵਾਰ ਨੇ ਜਿਨ੍ਹਾਂ ਨੂੰ ਸਹੂਲਤਾਂ ਨਹੀਂ ਮਿਲੀਆਂ, ਜਿਹੜੇ ਲੁੜੀਂਦੇ ਨੇ? ਬੀਬੀਆਂ ਦੇ ਤੁਸੀਂ ਕਿਹਾ 1000 ਕੁ ਪਰਿਵਾਰ ਤਾਂ ਬੀਬੀਆਂ ਦੇ। ਹਾਂਜੀ ਹਾਂਜੀ, 1000 ਕੁ ਬੀਬੀਆਂ ਹੋ ਗਈਆਂ ਜਿਨ੍ਹਾਂ ਨੂੰ ਪੈਨਸ਼ਨ ਹੈ ਨਹੀਂ। ਹਾਂਜੀ। ਇਸ ਤੋਂ ਇਲਾਵਾ? ਇਸ ਤੋਂ ਇਲਾਵਾ ਦੇਖੋ, ਸਾਡੇ ਬਜ਼ੁਰਗ ਹੈਗੇ ਆ, ਉਹਨਾਂ ਬਜ਼ੁਰਗਾਂ ਦੀ ਹਾਲਤ ਬਹੁਤ ਮਾੜੀ ਆ। ਉਹਨਾਂ ਬਜ਼ੁਰਗ ਵੀ ਹੈਗੇ ਆ, ਬੜੇ ਹੈਗੇ ਆ। ਦੇਖੋ, ਧੀਆਂ ਪੁੱਤਰ ਪੁੱਛਦੇ ਨਹੀਂ ਹੈਗੇ ਆ, ਉਹ ਵਿਚਾਰਾ ਕੋਈ ਕਿਵੇਂ ਰੁਲਦਾ ਪਿਆ, ਕੋਈ ਕਿਵੇਂ ਰੁਲਦਾ ਪਿਆ। ਔਰ ਜਿਹੜਾ 2-2 ਲੱਖ ਰੁਪਈਏ ਦੀ ਗ੍ਰਾਂਟ ਦਿੱਤੀ ਸੀਗੀ ਭਾਰਤ ਸਰਕਾਰ ਨੇ ਮਨਮੋਹਨ ਸਿੰਘ ਦੇ ਟਾਈਮ 'ਤੇ, ਉਹ ਗ੍ਰਾਂਟ ਵੀ ਇਹਨਾਂ ਤੱਕ ਪੂਰੀ ਨਹੀਂ ਸੀ ਪਹੁੰਚੀ ਜੀ। ਪਹਿਲੇ ਉਹਨਾਂ ਨੇ ਸਿਰਫ 1500 ਕਾਰਡ ਜਿਹੜੇ ਹੈਗੇ ਪਾਸ ਕੀਤੇ ਸੀ। ਦੇਖੋ, ਇਹਨਾਂ ਦਾ ਸਰਕਾਰ ਦਾ ਫਰਜ਼ ਤਾਂ ਇਹ ਬਣਦਾ ਸੀ, ਜਿਹਦੇ ਕੋਲ ਰੈੱਡ ਕਾਰਡ ਹੈਗਾ, ਰੈੱਡ ਕਾਰਡ ਹੋਲਡਰ ਹੈਗਾ ਜਿਹੜਾ, ਉਹਨੂੰ 2 ਲੱਖ ਦੀ ਗ੍ਰਾਂਟ ਦਿੱਤੀ ਜਾਵੇ, ਚਾਹੇ ਉਹਦੇ ਕੋਲ ਕੋਈ ਪਰੂਫ ਹੈਗਾ ਰਿਆਇਸ਼ ਦਾ ਜਾਂ ਨਹੀਂ ਆ। ਦੇਖੋ, ਜਦੋਂ ਅੱਜ ਅਸੀਂ ਇੱਥੇ ਕਿਰਾਏ 'ਤੇ ਰਹਿੰਦੇ ਹੈਗੇ ਹਾਂ, 6 ਮਹੀਨੇ ਬਾਅਦ ਅਸੀਂ ਮਕਾਨ ਬਦਲ ਜਾਂਦੇ ਹਾਂ, ਸਾਡੇ ਪਰੂਫ ਨਹੀਂ ਬਣਦੇ। ਸੋ ਇਸ ਕਰਕੇ ਸਰਕਾਰਾਂ ਨੇ ਵਿੱਚ ਰਾਜਿੰਦਰ ਕੌਰ ਭੱਠਲ ਸੀਗੀ ਉਸ ਟਾਈਮ ਚੇਅਰਪਰਸਨ, ਉਹਨੇ ਇੱਕ ਵੀ ਸ਼ਰਤ ਰੱਖ ਦਿੱਤੀ ਸੀਗੀ ਭਈ ਇਹਨਾਂ ਕੋਲੋਂ ਇਹ ਪਰੂਫ ਲੈਣੇ ਹੈਗੇ। ਉਹ ਪਰੂਫ ਸਾਰਿਆਂ ਕੋਲ ਪੂਰੇ ਨਹੀਂ ਹੋ ਸਕਦੇ। ਕਿਹੜੇ ਕਿਹੜੇ ਪਰੂਫ ਮੰਗਦੇ ਸੀ? ਉਹ ਕਹਿੰਦੇ ਸੀ, ਇੱਕ ਤਾਂ ਬਿਜਲੀ ਦਾ ਬਿੱਲ ਲਿਆਓ, ਬਿਜਲੀ ਦਾ ਬਿੱਲ ਤਾਂ ਉਹਦਾ ਹੋਊਗਾ ਜਿਹਦਾ ਮਕਾਨ ਆਪਣਾ ਹੋਏਗਾ, ਉਹ ਚੀਜ਼ ਤਾਂ ਹੋ ਹੀ ਨਹੀਂ ਸੀ ਸਕਦੀ। ਫਿਰ ਵੋਟਰ ਕਾਰਡ ਮੰਗਦੇ ਸੀਗੇ, ਫਿਰ ਬੈਂਕ ਦੀ ਕਾਪੀ ਮੰਗਦੇ ਸੀਗੇ, ਫਿਰ ਹੋਰ ਮਤਲਬ ਇਸ ਤਰ੍ਹਾਂ ਦੇ 5-7 ਪਰੂਫ ਉਹਨੇ ਮਤਲਬ ਰੱਖੇ ਪਏ ਸੀਗੇ, ਉਹ ਜਿਹੜੇ ਕਿ ਉਹ ਲੋਕ ਵਿਚਾਰੇ ਉਸ ਟਾਈਮ ਪੂਰੇ ਨਹੀਂ ਕਰ ਸਕੇ। ਜਦੋਂ 1500 ਇਹਨਾਂ ਨੇ ਓਕੇ ਕਰਕੇ, ਉਸ ਤੋਂ ਬਾਅਦ ਇਹਨਾਂ ਨੇ ਉਹ ਗ੍ਰਾਂਟ ਦੇਣੀ ਬੰਦ ਕਰ ਦਿੱਤੀ। ਫਿਰ ਅਸੀਂ ਚੰਡੀਗੜ੍ਹ ਜਾ ਕੇ ਧਰਨਾ ਦਿੱਤਾ, ਉੱਥੇ ਸਾਡੇ 'ਤੇ ਪਾਣੀ ਦੀਆਂ ਵਿਛਾੜਾਂ ਹੋਈਆਂ, ਸਾਨੂੰ ਫੜ ਕੇ ਅੰਦਰ ਕਰ ਦਿੱਤਾ ਗਿਆ। ਚਲੋ, ਜੋ ਵੀ ਹੋਇਆ, ਫਿਰ ਉਸ ਤੋਂ ਬਾਅਦ 4500 ਬੰਦੇ ਨੂੰ ਹੋਰ ਉਸ ਟਾਈਮ ਪੈਸੇ ਮਿਲੇ ਜੀ। ਉਹ ਤੋਂ ਬਾਅਦ 2008 ਦੇ ਵਿੱਚ 2010 ਦੇ ਵਿੱਚ ਬਾਦਲ ਸਰਕਾਰ ਜਦੋਂ ਆਈ, ਇਹਨਾਂ ਨੇ ਫਿਰ ਕੁਛ ਮੇਰਾ ਖਿਆਲ ਨਾਲ, ਕੋਈ ਮੈਨੂੰ ਪੱਕਾ ਉਹ ਯਾਦ ਨਹੀਂ ਹੈਗਾ, ਇਹਨਾਂ ਨੇ 700-800 ਬੰਦੇ ਨੂੰ ਫਿਰ ਦੁਬਾਰਾ ਤੋਂ ਦਿੱਤੇ ਪੈਸੇ ਜੀ। ਉਹ ਤੋਂ ਬਾਅਦ ਜਿਹੜੇ ਹੈਗੇ ਆ ਫਿਰ ਰਹਿ ਗਏ। ਹੁਣ ਕੁਛ ਬੰਦੇ ਸੀਗੇ, ਅਸੀਂ ਹੁਣ ਦੁਬਾਰਾ ਤੋਂ ਉਹਨਾਂ ਦੇ ਕਲੇਮ ਪਾਸ ਕਰਵਾਏ ਸਨ, ਚੈੱਕ ਦੇ ਦਿੱਤੇ ਗਏ ਉਹਨਾਂ ਨੂੰ, ਸਾਰੀਆਂ 10 ਵਾਰੀ ਉਹਨਾਂ ਦੀਆਂ ਇਨਕੁਆਇਰੀਆਂ ਹੋਈਆਂ, ਚੈੱਕ ਦੇ ਦਿੱਤੇ ਗਏ ਉਹਨਾਂ ਨੂੰ। ਚੈੱਕ ਦੇਣ ਤੋਂ ਬਾਅਦ ਉਹਨਾਂ ਨੂੰ 2 ਦਿਨਾਂ ਬਾਅਦ ਜਦੋਂ ਉਹਨਾਂ ਨੇ ਚੈੱਕ ਬੈਂਕਾਂ ਵਿੱਚ ਵੀ ਲਗਾ ਦਿੱਤੇ, ਉਹਨਾਂ ਨੂੰ ਫਿਰ ਦੁਬਾਰਾ ਤੋਂ ਫੋਨ ਆ ਗਏ ਭਈ ਤੁਸੀਂ ਆਪਣੇ ਚੈੱਕ ਲਿਆ ਕੇ ਵਾਪਸ ਜਮ੍ਹਾਂ ਕਰੋ ਅਤੇ ਤੁਹਾਡੀ ਔਨਲਾਈਨ ਪੇਮੈਂਟ ਦਿੱਤੀ ਜਾਏਗੀ। ਅੱਛਾ ਜੀ। ਉਹ ਔਨਲਾਈਨ ਪੇਮੈਂਟ ਵੀ ਉਹਨਾਂ ਨੂੰ ਨਾ ਦਿੱਤੀ ਗਈ। ਦੇਖੋ, ਇਸ ਚੀਜ਼ ਨੂੰ ਮੇਰਾ ਖਿਆਲ ਆ 7-8 ਮਹੀਨੇ ਹੋ ਗਏ ਆ, ਉਹ ਚੈੱਕ ਵੀ ਉਹਨਾਂ ਕੋਲੋਂ ਵਾਪਸ ਲੈ ਲਏ, ਦੇ ਕੇ ਚੈੱਕ ਜਿਨ੍ਹਾਂ ਤੋਂ ਦੇ ਕੇ ਚੈੱਕ ਵਾਪਸ। ਇਹ 33 ਬੰਦੇ ਹੈਗੇ। 33 ਬੰਦੇ, ਹਾਂਜੀ। ਸੋ ਕੁੱਲ ਮੰਨਿਆ ਜਾਵੇ ਤਾਂ 5000 ਲੋਕਾਂ ਨੂੰ, 10000 ਲੋਕਾਂ ਨੂੰ ਪੈਸੇ ਮਿਲ ਗਏ, 2 ਲੱਖ ਮਿਲੇ ਆ, ਨਹੀਂ 10000 ਨੂੰ ਮਿਲੇ ਹੋਣੇ ਪੂਰੇ ਪੰਜਾਬ ਵਿੱਚ, ਪੂਰੇ ਪੰਜਾਬ 10 ਕੁ ਹਜ਼ਾਰ ਲੋਕ। ਹਾਂਜੀ ਹਾਂਜੀ। ਕਿੰਨੇ ਕੁ ਰਹਿ ਗਏ?
ਇਹ ਤੇ ਦੇਖੋ 25,000 ਪਰਿਵਾਰ ਹੈਗਾ, ਤਕਰੀਬਨ 15,000 ਪਰਿਵਾਰ ਹੈਗਾ ਜਿਹਨਾਂ ਨੂੰ ਨਹੀਂ ਮਿਲੇ ਜੀ 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 ਤੇ ਪੈਸਾ ਆਇਆ ਹੋਇਆ ਵਾਪਸ ਗਿਆ, ਸੈਂਟਰ ਤੋਂ ਪੈਸਾ ਆਇਆ ਹੋਇਆ ਵਾਪਸ ਜੀ ਜੀ। ਸੋ ਇਹ ਵੀ ਸਰਕਾਰਾਂ ਦੀ ਸਿਆਣਪ ਹੈ ਕਿ ਕੇਂਦਰ ਸਰਕਾਰ ਨੇ ਜਿਹੜਾ ਪੈਸਾ ਭੇਜਿਆ ਸੀ ਡਾਕਟਰ ਮਨਮੋਹਨ ਸਿੰਘ ਹੋਣਾ ਨੇ, ਉਹਦੇ 'ਚੋਂ ਵੀ ਉਹ ਸਾਰਾ ਪੈਸਾ ਜਿਹੜਾ ਹੈ ਉਹ ਵਰਤਿਆ ਨਹੀਂ ਗਿਆ। 2-2 ਲੱਖ ਰੁਪਏ ਦੀ ਗ੍ਰਾਂਟ ਵੀ ਸਾਰੇ ਲੋਕਾਂ ਨੂੰ ਗਈ ਨਹੀਂ। ਹੁਣ ਇਸ ਅਵਸਥਾ ਦੇ ਵਿੱਚ ਬਹੁਤ ਸਾਰੇ ਲੋਕ ਬਜ਼ੁਰਗ ਹੋ ਗਏ, 33 ਸਾਲ ਕਤਲੇਆਮ ਨੂੰ ਹੋ ਗਏ, ਕਿੱਦਾਂ ਦੀਆਂ ਸਹੂਲਤਾਂ ਦੀ ਮੰਗ ਕਰਦੇ ਹੋ ਸਰਕਾਰ ਤੋਂ, ਇਲਾਜ ਦੀ, ਰਾਸ਼ਨ ਪਾਣੀ ਦੀ, ਮੁੜ ਵਸੇਵਾ ਕਿਵੇਂ ਅਖੀਰ 'ਚ ਦੇਖਦੇ ਹੋ ਤੁਸੀਂ? ਆਪਾਂ ਸ਼ੋਅ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੀ ਟਿੱਪਣੀ ਲੈਣਾ ਚਾਹੁੰਦਾ। ਦੇਖੋ ਜੀ, ਸਭ ਤੋਂ ਪਹਿਲੇ ਤਾਂ ਇਹਨਾਂ ਲੋਕਾਂ ਨੂੰ ਇਹਨਾਂ ਦੇ ਜਿਵੇਂ ਰੈੱਡ ਕਾਰਡ ਬਣੇ ਹੋਏ ਆ ਉਹਦੇ ਨਾਲ ਹੀ ਇਹਨਾਂ ਦੇ ਮੈਡੀਕਲ ਕਾਰਡ ਵੀ ਬਣਾਏ ਜਾਵਣ, ਮੈਡੀਕਲ ਕਾਰਡ। ਹਾਂ, ਜਿਹੜੇ ਕੋਈ ਵੀ ਬਜ਼ੁਰਗ ਹੈਗੇ ਨੇ, ਚਾਹੇ ਉਹ ਜਨਾਨੀ ਹੈਗੀ ਹੈ ਜਾਂ ਬੰਦਾ ਹੈਗਾ, ਕੋਈ ਵੀ ਹੈਗਾ, ਇਹ ਜ਼ਰੂਰੀ ਨਹੀਂ ਹੈ ਕਿ ਉਹ 84 ਵਿੱਚ ਵਿਧਵਾ ਹੋਵੇ ਜਾਂ 84 ਵਿੱਚ ਕਿਸੇ ਦਾ ਕੋਈ ਜਾਨੀ ਨੁਕਸਾਨ ਹੋਇਆ ਹੋਵੇ। ਉੱਜੜ ਕੇ ਆਏ, ਸਾਰਾ ਕੁਛ ਖਤਮ ਹੋ ਗਿਆ ਉਹਨਾਂ ਦਾ, ਜਿਹਨਾਂ ਦੇ ਵਧੀਆ ਕਾਰੋਬਾਰ ਸੀਗੇ, ਜਿਹੜੇ ਉਸ ਟਾਈਮ ਉੱਥੇ ਆਪਣੇ ਕਹਿ ਲਓ ਤੁਸੀਂ ਰਾਜੇ ਸੀਗੇ, ਉਹ ਇੱਥੇ ਆ ਕੇ ਭਿਖਾਰੀ ਬਣ ਗਏ। ਸੋ ਉਹਨਾਂ ਵਾਸਤੇ ਇੱਕ ਕੋਈ ਮੈਡੀਕਲ ਕਾਰਡ ਬਣਾਉਣਾ ਚਾਹੀਦਾ ਹੈਗਾ, ਸਰਕਾਰਾਂ ਨੂੰ ਚਾਹੀਦਾ ਹੈ, ਤਾਂ ਕਿ ਉਹ ਹਸਪਤਾਲਾਂ ਦੇ ਵਿੱਚ ਜਾ ਕੇ ਉਹਨਾਂ ਦਾ ਇਲਾਜ, ਸਭ ਤੋਂ ਪਹਿਲੇ ਤਾਂ ਇਲਾਜ ਦੀ ਜ਼ਰੂਰਤ ਹੈਗੀ ਆ ਸਭ ਨੂੰ। ਉਸ ਤੋਂ ਬਾਅਦ ਕੋਈ ਇਹੋ ਜਿਹਾ ਸਿਸਟਮ ਬਣਾਇਆ ਜਾਵੇ ਉਹਨਾਂ ਲੋਕਾਂ ਦਾ, ਜਿਹੜਾ ਸਰਦੀਆਂ ਵਿੱਚ ਉਹਨਾਂ ਨੂੰ ਕੁਝ ਗਰਮ ਕੱਪੜੇ ਦਿੱਤੇ ਜਾਣ, ਕੋਈ ਗਰਮੀਆਂ ਆ ਜਾਵਣ ਉਹਨਾਂ ਨੂੰ ਠੰਡੇ ਕੱਪੜੇ ਦਿੱਤੇ ਜਾਣ, ਕੋਈ ਇਹੋ ਜਿਹੀਆਂ ਜ਼ਰੂਰਤਾਂ ਜਿਹੜੀਆਂ ਹੈਗੀਆਂ ਉਹਨਾਂ ਦੀਆਂ। ਇੱਕ ਅਜਿਹੇ ਲੋਕ ਵੀ ਨੇ ਜਿਨ੍ਹਾਂ ਨੂੰ ਕੱਪੜਿਆਂ ਦੀ ਵੀ ਜ਼ਰੂਰਤ ਹੈ, ਬਿਲਕੁਲ ਹੈਗੀ ਆ, ਬਿਲਕੁਲ ਹੈਗੀ ਆ। ਅਸੀਂ ਆਪ ਬੜਾ ਕੁਝ ਕਰਦੇ ਹਾਂ, ਕੋਈ ਕਿਸੇ ਤੋਂ ਫੰਡ ਲਿਆ, ਕੋਈ ਕਿਸੇ ਤੋਂ ਲਿਆ ਕਰਕੇ ਅਸੀਂ ਉਹਨਾਂ ਲੋਕਾਂ ਦਾ ਪੂਰਾ ਕਰਦੇ ਹਾਂ, ਪਰ ਬਹੁਤ ਔਖਾ ਹੈਗਾ ਸਾਡੇ ਲੋਕਾਂ ਵਾਸਤੇ, ਬਹੁਤ ਔਖਾ ਹੈਗਾ। ਇਹ ਸਰਕਾਰਾਂ ਨੂੰ ਚਾਹੀਦਾ, ਇੱਕ ਸਰਕਾਰਾਂ ਨੂੰ ਸਭ ਤੋਂ ਵੱਡੀ ਗੱਲ ਇਹ ਚਾਹੀਦੀ ਹੈ, ਜਿਹੜੇ ਛੋਟੇ ਛੋਟੇ ਮਕਾਨ ਚਲੋ ਕਬਜ਼ੇ ਕਰ ਲਏ ਲੋਕਾਂ ਨੇ, ਉਹ ਤਾਂ ਹੋ ਗਿਆ, ਕਬਜ਼ੇ ਕਰ ਲਏ, ਅਲਾਟ ਹੋ ਗਏ, ਕੋਰਟ ਨੇ ਆਰਡਰ ਦੇ ਦਿੱਤੇ। ਜੇ ਤੁਸੀਂ 200 ਯੂਨਿਟ ਦੂਸਰੀਆਂ ਸ਼ਡਿਊਲ ਕਾਸਟ ਨੂੰ ਫਰੀ ਕਰਦੇ ਪਏ ਹੋ ਬੱਤੀ ਦੀ, ਤਾਂ ਇਹਨਾਂ ਨੂੰ ਵੀ ਉਹ ਨਹੀਂ ਜੀ, ਬਿਲਕੁਲ ਨਹੀਂ, ਬਿਲਕੁਲ ਨਹੀਂ ਹੈਗੀ ਆ, ਇਹਨਾਂ ਨੂੰ ਉਹ ਸਹੂਲਤ ਵੀ ਮਿਲਣੀ ਚਾਹੀਦੀ ਆ। ਹਾਂ, ਦੇਖ ਲਓ, ਅਗਰ ਜਿਹੜੇ ਕੋਈ ਵੈਲ ਸੈਟਲ ਹੈਗੇ ਆ, ਅਸੀਂ ਇਹ ਵੀ ਨਹੀਂ ਕਹਿੰਦੇ ਉਹਨਾਂ ਨੂੰ ਛੱਡ ਦਿਉ, ਇਨਕੁਆਇਰੀ ਕਰਕੇ ਉਹਨਾਂ ਨੂੰ ਪਾਸੇ ਕਰ ਦਿਉ, ਪਰ ਜਿਨ੍ਹਾਂ ਦੀਆਂ ਜ਼ਰੂਰਤਾਂ ਹੈਗੀਆਂ, ਜਿਹੜੇ ਅੱਤ ਦੇ ਮਜਬੂਰ ਹੈਗੇ, ਜਿਨ੍ਹਾਂ ਕੋਲ ਇੱਕ ਟਾਈਮ ਦੀ ਰੋਟੀ ਦਾ ਗੁਜ਼ਾਰਾ ਬਹੁਤ ਔਖਾ ਹੈਗਾ, ਰਿਕਸ਼ੇ ਚਲਾਉਂਦੇ ਆ, ਆਟੋ ਚਲਾਉਂਦੇ ਆ, ਫੜੀਆਂ 'ਤੇ ਕੰਮ ਕਰਦੇ ਆ, ਉਹਨਾਂ ਲੋਕਾਂ ਵਾਸਤੇ ਇਹ ਸਹੂਲਤਾਂ ਬਹੁਤ ਜ਼ਰੂਰੀ ਹੈਗੀਆਂ, ਵੀ ਉਹਨਾਂ ਨੂੰ ਇਹ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ। ਚਲੋ, ਬਹੁਤ ਬਹੁਤ ਧੰਨਵਾਦ ਬੀਬੀ ਗੁਰਦੀਪ ਕੌਰ, ਸਾਡੇ ਨਾਲ ਦੁੱਖ ਵੀ ਸਾਂਝਾ ਕਰ ਰਹੇ ਸਨ। ਬੀਬੀ ਗੁਰਦੀਪ ਕੌਰ ਨੇ ਕਾਫੀ ਸਾਡੀ ਮਦਦ ਕੀਤੀ ਉਹਨਾਂ ਸਾਰੀਆਂ ਬੀਬੀਆਂ ਦੀ ਭਾਲ ਦੇ ਵਿੱਚ, ਜਿਨ੍ਹਾਂ 12 ਬੀਬੀਆਂ ਨੂੰ ਅਸੀਂ ਆਪਣੀ ਵਿਸ਼ੇਸ਼ ਸੀਰੀਜ਼ ਦੇ ਵਿੱਚ 2 ਦਿਨਾਂ ਤੋਂ ਦਿਖਾ ਰਹੇ ਹਾਂ। ਸੋ ਜ਼ਰੂਰੀ ਹੈ ਕਿ ਇਹਨਾਂ ਸਾਰੀਆਂ ਬੀਬੀਆਂ ਦੀ ਸਾਰ ਲਈ ਜਾਵੇ। ਸਰਕਾਰੀ ਤੌਰ 'ਤੇ 2-3 ਚੀਜ਼ਾਂ ਬਹੁਤ ਅਹਿਮ ਬੀਬੀ ਗੁਰਦੀਪ ਕੌਰ ਨੇ ਕਹੀਆਂ ਕਿ SC ਕੈਟਾਗਰੀ ਨੂੰ ਪੰਜਾਬ ਸਰਕਾਰ 200 ਯੂਨਿਟ ਬਿਜਲੀ ਦੇ ਫਰੀ ਦਿੰਦੀ ਹੈ। ਸੋ ਹੁਣ ਤਾਂ ਸੁਖਬੀਰ ਬਾਦਲ ਵੀ ਕਹਿੰਦਾ, ਕੈਪਟਨ ਅਮਰਿੰਦਰ ਵੀ ਕਹਿੰਦਾ ਕਿ ਪੰਜਾਬ ਸਰਪਲਸ ਬਿਜਲੀ ਵਾਲਾ ਸੂਬਾ ਹੈ। ਸੋ ਮੁੱਛਾਂ ਨੂੰ ਵੱਟ ਦਿੰਦੇ ਰਹਿੰਦੇ ਨੇ ਦੋਨੇ ਇਹ ਲੀਡਰ। ਸੋ ਕਤਲੇਆਮ ਪੀੜਤ ਪਰਿਵਾਰਾਂ ਨੂੰ ਵੀ ਉਹਨਾਂ ਦੀ ਵਿੱਤੀ ਹੈਸੀਅਤ ਦੇ ਹਿਸਾਬ ਨਾਲ 200 ਯੂਨਿਟ ਬਿਜਲੀ ਫਰੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਮੈਡੀਕਲ ਕਾਰਡ ਬਹੁਤ ਜ਼ਰੂਰੀ ਹੈ, ਕਿਉਂਕਿ ਸਿਹਤ ਦੀਆਂ ਸਮੱਸਿਆਵਾਂ ਇਹਨਾਂ ਸਾਰੀਆਂ ਬੀਬੀਆਂ ਨੂੰ ਦਰਪੇਸ਼ ਨੇ। ਆਂਕੜੇ ਵੱਖ ਵੱਖ ਤਰ੍ਹਾਂ ਦੇ ਆਏ ਨੇ, ਸਮੁੱਚੇ ਤੌਰ 'ਤੇ ਇੱਕ ਅਜਿਹਾ ਸਰਵੇ ਵੀ ਇਸ ਵਕਤ ਹੋ ਜਾਣਾ ਚਾਹੀਦਾ ਹੈ, ਘੱਟੋ ਘੱਟ ਸਰਕਾਰੀ ਤੌਰ 'ਤੇ ਸਰਕਾਰ ਦੱਸ ਹੀ ਦੇਵੇ ਵਾਈਟ ਪੇਪਰ ਦੇ ਵਿੱਚ ਕਿ ਪੰਜਾਬ 'ਚ 25,000, 20,000, 23,000 ਕਤਲੇਆਮ ਪੀੜਤ ਨੇ, ਇਹਨਾਂ ਦੇ ਵਿੱਚੋਂ ਇੰਨਿਆਂ ਨੂੰ ਅਸੀਂ ਫਲੈਟ ਦਿੱਤੇ, ਇੰਨਿਆਂ ਨੂੰ ਅਸੀਂ 2 ਲੱਖ ਦਿੱਤੇ। ਕੋਈ ਵੀ ਅੰਕੜੇ ਜਿਹੜੇ ਨੇ ਉਹ ਸਪਸ਼ਟ ਨਹੀਂ ਹੈ ਸਰਕਾਰੀ ਤੌਰ 'ਤੇ, ਸਪਸ਼ਟਤਾ ਆਉਣ ਦੀ ਜ਼ਰੂਰਤ ਹੈ। ਔਰ ਜਿਹੜੇ ਲੋਕ ਮਦਦ ਕਰਨਾ ਚਾਹੁੰਦੇ ਨੇ, ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਯੁੱਧਵੀਰ ਜਸਵਾਲ ਹੋਣਾ ਨਾਲ ਵੀ ਗੱਲ ਹੋ ਸਕਦੀ ਹੈ, ਉਹ ਇੱਕ ਕਮੇਟੀ ਬਣਾ ਰਹੇ ਨੇ ਇਸ ਦਿਸ਼ਾ ਦੇ ਵਿੱਚ ਕੁਝ ਨਾ ਕੁਝ ਸਿੱਧੀ ਮਦਦ। ਸਾਡੀ ਕੋਸ਼ਿਸ਼ ਹੈ ਕਿ ਟੈਲੀਫੋਨ ਨੰਬਰ ਵੀ ਤੁਸੀਂ ਲਓ, ਸਾਰਿਆਂ ਦੇ ਸਾਡੇ ਕੋਲ ਟੈਲੀਫੋਨ ਨੰਬਰ ਉਪਲਬਧ ਹੈ, ਯੁੱਧਵੀਰ ਜਸਵਾਲ ਹੋਣਾ ਕੋਲ ਸਾਰੇ ਟੈਲੀਫੋਨ ਨੰਬਰ ਪਹੁੰਚ ਰਹੇ ਨੇ। ਸੋ ਉਸ ਤੋਂ ਬਾਅਦ ਜੇ ਸਿੱਧੀ ਮਦਦ ਲੋਕ ਕਰ ਦੇਣ ਕਿਸੇ ਨਾ ਕਿਸੇ ਤਰੀਕੇ, ਤਾਂ ਇਹ ਮਨੁੱਖਤਾ ਦੇ ਵਿੱਚ ਭਲੇ ਦੇ ਲਈ ਸੇਵਾ ਦੇ ਤੌਰ 'ਤੇ ਸਾਡਾ ਆਪਣਾ ਯੋਗਦਾਨ ਹੋ ਸਕਦਾ। ਬੀਬੀ ਗੁਰਦੀਪ ਕੌਰ ਜੀ, ਤੁਸੀਂ ਉੱਚੇ ਤੌਰ 'ਤੇ ਵਕਤ ਕੱਢਿਆ, ਬਹੁਤ ਬਹੁਤ ਧੰਨਵਾਦ। ਸੋ ਫਿਲਹਾਲ ਮੁੱਦੇ ਦੀ ਗੱਲ ਦੇ ਵਿੱਚ ਇਹਦਾ ਹੀ, ਆਉਂਦੇ ਦਿਨਾਂ ਦੇ ਵਿੱਚ ਵੀ ਕਤਲੇਆਮ ਪੀੜਤਾਂ ਦੀ ਲੜਾਈ ਦੇ ਵਿੱਚ ਹਰ ਸੰਭਵ ਸਾਡੀ ਕੋਸ਼ਿਸ਼ ਜਾਰੀ ਰਹੇਗੀ। ਧੰਨਵਾਦ।